ਸਤਿ ਸ੍ਰੀ ਅਕਾਲ ਜੀ ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਪ੍ਰਾਈਮ ਟਾਈਮ ਸਾਲ 2020 ਦੇ ਨਾਮ ਰਹੇਗਾ ਕਿਉਂਕਿ ਕੱਲ ਨੂੰ 1 ਜਨਵਰੀ ਹੈ 1 ਜਨਵਰੀ 2021 ਨਵਾਂ ਸਾਲ ਚੜ੍ਹਨ ਵਾਲਾ ਹੈ ਕਿਸਾਨਾਂ ਨੇ ਇਸ ਵਾਰ ਸੱਦਾ ਦਿੱਤਾ ਹੈ ਕਿ ਨਵਾਂ ਸਾਲ ਸਾਡੇ ਨਾਲ ਆ ਕੇ ਮਨਾਓ 2020 ਦੀਆਂ ਕੀ ਪ੍ਰਾਪਤੀਆਂ ਰਹੀਆਂ ਨੇ ਖਾਸ ਕਰਕੇ ਪੰਜਾਬ ਦੀ ਸਿਆਸਤ ਪੰਜਾਬ ਦਾ ਧਰਮ ਪੰਜਾਬ ਦੇ ਕਿਸਾਨ ਇਨਾ ਗੱਲਾਂ ਤੇ ਥੋੜੀ ਜੀ ਚਰਚਾ ਕਰਨੀ ਤਾਂ ਬਣਦੀ ਹੈ ਮਾਫੀ ਚਾਹਾਂਗੇ ਕਿ ਵੀਡੀਓ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਕਿਸਾਨਾਂ ਦੇ ਜੋ ਮੋਰਚੇ ਲੱਗੇ ਹੋਏ ਨੇ ਬਾਰਡਰਾਂ ਦੇ ਉੱਤੇ ਉੱਥੇ ਲਗਾਤਾਰ ਤੈਨਾਤ ਹਾਂ ਇਸ ਕਰਕੇ ਆਡੀਓ ਦੇ ਰਾਹੀਂ ਹੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਸ਼ੁਰੂਆਤ ਕਰਾਂਗੇ ਗੁਰਬਾਣੀ ਦੀ ਇੱਕ ਤੁਕ ਦੇ ਨਾਲ ਗੁਰੂ ਸਾਹਿਬਾਨਾਂ ਨੇ ਧੁਰ ਕੀ ਬਾਣੀ ਉਚਾਰੀ ਹੈ ਜਿਦੇ ਵਿੱਚ ਇੱਕ ਤੁਕ ਹੈ ਜਿਹੜੀ ਬੜੀ ਹੀ ਹਾਲਾਂਕਿ ਸਾਰੀ ਗੁਰਬਾਣੀ ਹੈ ਜਿਹੜੀ ਉਹ ਜੀਵਨ ਦਾ ਸੰਦੇਸ਼ ਦਿੰਦੀ ਹੈ ਵੇ ਆਫ ਲਾਈਫ ਹੈ ਜ਼ਿੰਦਗੀ ਜਿਉਣ ਦਾ ਸਾਨੂੰ ਸਹੀ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੰਦੀ ਹੈ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਐ ਨਵੇਂ ਸਾਲ ਦੀ ਆਮਦ ਮੌਕੇ ਜ਼ਰੂਰ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਜਿਹੜਾ ਵੀ ਵਿਅਕਤੀ ਆਪੋ ਆਪਣੇ ਜਿਹੜੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਧਰਮ ਹੁੰਦਾ ਜਿਹੜਾ ਇਨਸਾਨ ਨੂੰ ਉਹ ਜੀਵਨ ਜਾਚ ਸਿਖਾਉਂਦਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚੋਂ ਕੋਈ ਵੀ ਕਿੱਤਾ ਕਰਦੇ ਹੋ ਪਰ ਉਸ ਕਿੱਤੇ ਦੇ ਵਿੱਚ ਇਨਸਾਨੀਅਤ ਦੀ ਜਾਚ ਹੈ ਜਿਹੜੀ ਉਹ ਤੁਹਾਨੂੰ ਜ਼ਾਹਿਰ ਤੌਰ ਤੇ ਧਰਮ ਸਿਖਾਉਂਦਾ ਹੈ ਸੋ ਜ਼ਰੂਰ ਰੋਜ਼ਾਨਾ ਦੇ ਆਪਣੇ ਕੀਤੇ ਕੰਮਾਂ ਦਾ ਲੇਖਾ ਜੋਖਾ ਜ਼ਰੂਰ ਕਰੀਏ ਰਾਤ ਨੂੰ ਸੌਣ ਤੋਂ ਪਹਿਲਾਂ ਕਿ ਅੱਜ ਮੈਂ ਆਪਣੇ ਪੂਰੇ ਦਿਨ ਦੇ ਵਿੱਚ ਕੀ ਕੀ ਕੰਮ ਕੀਤਾ ਕੀ ਕਿਸੇ ਨੂੰ ਮੈਂ ਨੁਕਸਾਨ ਤਾਂ ਨਹੀਂ ਪਹੁੰਚਾਇਆ ਆਪਣੀ ਕਿਰਤ ਕਰਕੇ ਆਪਣੀ ਜ਼ੁਬਾਨ ਕਰਕੇ ਜਾਂ ਫਿਰ ਆਪਣੇ ਕਿਸੇ ਵੀ ਕੰਮ ਕਰਕੇ ਤੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਕਿ ਮੌਤ ਜ਼ਿੰਦਗੀ ਦੀ اٹਲ ਸੱਚਾਈ ਹੈ ਜੇ ਅਸੀਂ ਇਸ ਗੱਲ ਨੂੰ ਯਾਦ ਰੱਖਾਂਗੇ ਕਿ ਪਤਾ ਨਹੀਂ ਕਿਹੜੇ ਪਲ ਅਕਾਲ ਪੁਰਖ ਨੇ ਇਹ ਜਿਹੜੀ ਜ਼ਿੰਦਗੀ ਹੈ ਲੈ ਜਾਣੀ ਹੈ ਵਾਪਸ ਉਹਦੇ ਦਿੱਤੇ ਸਾਨੇ ਤਾਂ ਸ਼ਾਇਦ ਅਸੀਂ ਜ਼ਿੰਦਗੀ ਦੇ ਵਿੱਚ ਗਲਤੀਆਂ ਘੱਟ ਕਰਾਂਗੇ ਸੋ 2021 ਚੜਨ ਤੋਂ ਪਹਿਲਾਂ ਸਾਲ 2020 ਦੇ ਲੇਖੇ ਜੋਖੇ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਦੇ ਲਈ ਹੋਵੇ ਜਾਂ ਫਿਰ ਕਰੋਨਾ ਦੀ ਗੱਲ ਹੋਵੇ ਤਾਂ ਪੂਰਾ ਸਾਲ ਹੈ ਜਿਹੜਾ ਕਰੋਨਾ ਦੀ ਪੇਂਟ ਜ਼ਰੂਰ ਚੜਿਆ ਹੈ ਚਾਈਨਾ ਦੇ ਵਿੱਚ ਤਾਂ ਨਵੰਬਰ ਦਸੰਬਰ 2019 ਦੇ ਵਿੱਚ ਕਰੋਨਾ ਦੀ ਆਮਦ ਹੋ ਗਈ ਸੀ ਉਸ ਤੋਂ ਬਾਅਦ 2020 ਦੇ ਵਿੱਚ कोरोना ਨੇ ਭਾਰਤ ਦੇ ਵਿੱਚ ਵੀ ਪੈਰ ਪਾਇਆ ਉਸ ਤੋਂ ਬਾਅਦ ਲਗਾਤਾਰ ਮਾਰਚ 2020 ਤੋਂ ਲੈ ਕੇ ਹੁਣ ਤੱਕ ਲੋਕ ਲੋਕਡਾਊਨ ਵਰਗੀ ਸਥਿਤੀ ਦੇ ਨਾਲ ਹੀ ਜੂਝ ਰਹੇ ਨੇ ਕਦੇ ਕਿਤੇ ਲੋਕਡਾਊਨ ਹਟ ਜਾਂਦਾ ਹੈ ਕਿਤੇ ਲੱਗ ਜਾਂਦਾ ਹੈ ਪੰਜਾਬ ਦੀ ਹੀ ਗੱਲ ਕਰ ਲਈਏ ਤਾਂ ਅੱਜ ਇੱਥੇ ਰਾਤ ਦੇ ਕਰਫਿਊ ਦਾ ਆਖਰੀ ਦਿਨ ਹੈ ਕੱਲ ਤੋਂ ਨਵੇਂ ਸਾਲ ਦੇ ਮੌਕੇ ਤੋਂ ਪੰਜਾਬ ਸਰਕਾਰ ਨੇ ਇਸ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਸੋ ਕਰਫਿਊ ਕਦੇ ਲੋਕਡਾਊਨ ਕਦੇ ਕਿਤੇ ਬੰਦਸ਼ਾ ਸਾਰਾ ਸਾਲ ਹੈ ਜਿਹੜਾ ਉਹ ਕਰੋਨਾ ਦੀ ਭੇਂਟ ਹੈ ਜਿਹੜਾ ਉਹ ਚੜਿਆ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲੋਕ ਇਸ ਦੁਨੀਆ ਤੋਂ ਚਲੇ ਗਏ ਨੇ ਕਰੋਨਾ ਦੀ ਮਹਾਮਾਰੀ ਦੀ ਜਕੜ ਦੇ ਵਿੱਚ ਆ ਕੇ ਦੁਨੀਆ ਦਾ ਕੋਈ ਮੁਲਕ ਨਹੀਂ ਹੈਗਾ ਜਿਹੜਾ ਕਰੋਨਾ ਵਾਇਰਸ ਦੀ ਜਕੜ ਦੇ ਵਿੱਚ ਨਾ ਆਇਆ ਹੋਵੇ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਸਰਕਾਰਾਂ ਤੇ ਕਿ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਸਰਕਾਰਾਂ ਨੇ ਕਈ ਇਹੋ ਜਿਹੇ ਕਾਨੂੰਨ ਨੇ ਜਿਹੜੇ ਭਾਰਤ ਦੀ ਸਰਕਾਰ ਤੇ ਖਾਸ ਕਰਕੇ ਕਿ ਕਈ ਇਹੋ ਜਿਹੇ ਕਾਨੂੰਨ ਲਿਆਂਦੇ ਜੋ ਕਿ ਲੋਕ ਹਿੱਤਾਂ ਦੇ ਵਿੱਚ ਨਹੀਂ ਸਿਗੇ ਲੋਕਾਂ ਦਾ ਜਿਹੜਾ ਬੋਲਣ ਦਾ ਅਧਿਕਾਰ ਹੈ ਲੋਕਾਂ ਦੀ ਪ੍ਰੋਟੈਸਟ ਕਰਨ ਦੀ ਆਜ਼ਾਦੀ ਹੈ ਉਸ ਤੇ ਸਰਕਾਰ ਨੇ ਪਾਬੰਦੀਆਂ ਲਾ ਦਿੱਤੀਆਂ ਕਰੋਨਾ ਦੀ ਆੜ ਦੇ ਵਿੱਚ ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ ਜ਼ਰੂਰ ਕਰ ਲਈਏ ਤੇ ਕਿਸਾਨਾਂ ਦਾ ਮੈਸੇਜ ਹੈ ਜਿਹੜਾ ਉਹ ਤੁਹਾਨੂੰ ਜ਼ਰੂਰ ਪਹੁੰਚਾ ਦਿੰਨੇ ਆ ਕਿ ਕਿਸਾਨਾਂ ਨੇ ਇਸ ਵਾਰ ਤੁਹਾਨੂੰ ਦਿੱਲੀ ਦੀਆਂ ਹੱਦਾਂ ਦੇ ਉੱਤੇ ਸੱਦਿਆ ਹੈ ਨਵਾਂ ਸਾਲ ਮਨਾਉਣ ਦੇ ਲਈ ਸੋ ਤੁਸੀਂ ਜਿਹੜੇ ਵੀ ਲੋਕ ਪਹੁੰਚ ਸਕਦੇ ਹੋ ਜ਼ਰੂਰ ਪਹੁੰਚੋ ਕਿਸਾਨਾਂ ਦੀ ਹਮਾਇਤ ਜੇ ਤੁਸੀਂ ਕਰਦੇ ਹੋ ਇਸ ਪ੍ਰਾਈਮ ਟਾਈਮ ਦੇ ਵਿੱਚ ਦਖਾਲਸ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਅਸੀਂ ਇੱਕ ਨਾਰਾ ਹੈ ਜਿਹੜਾ ਉਹ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਸਕਰੀਨ ਦੇ ਉੱਤੇ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਸਾਨ ਨਹੀਂ ਤਾਂ ਅੰਨ ਨਹੀਂ ਅੰਨ ਨਹੀਂ ਤਾਂ ਜੀਵਨ ਨਹੀਂ 노 ਫਾਰਮਰ 노 ਫੂਡ 노 ਫੂਡ 노 ਲਾਈਫ ਸੋ ਇੱਕ ਸਚਾਈ ਹੈ ਕਿ ਕਿਸਾਨ ਦਾ ਉਗਾਇਆ ਹੋਇਆ ਜਿਹੜਾ ਅੰਨ ਹੈ ਉਹ ਸਾਰੇ ਅਸੀਂ ਖਾਂਦੇ ਹਾਂ ਤੇ ਪੰਜਾਬ ਦੇ ਕਿਸਾਨਾਂ ਨੂੰ 2020 ਕਦੇ ਨਹੀਂ ਭੁੱਲਣ ਵਾਲਾ ਖੇਤੀ ਕਾਨੂੰਨਾਂ ਦਾ ਪਹਾੜ ਹੈ ਜਿਹੜਾ ਇਸੇ ਵਾਰੇ ਵਿੱਚ ਹੀ ਕਿਸਾਨਾਂ ਤੇ ਡਿੱਗਿਆ ਇਹਨਾਂ ਖੇਤੀ ਕਾਨੂੰਨਾਂ ਖਿਲਾਫ ਲਈ ਟੱਕਰ ਹੈ ਜਿਹੜੀ ਕਿਸਾਨਾਂ ਦੇ ਵੱਲੋਂ ਉਹ ਵੀ ਨਾ ਭੁੱਲਣ ਯੋਗੀ ਹੋਏਗੀ 2020 ਦੇ ਵਿੱਚ ਕਮਾਂਤਰੀ ਮੰਚ ਦੇ ਉੱਤੇ ਕਿਸਾਨ ਇੱਕ ਨਾਇਕ ਦੇ ਵਜੋਂ ਉੱਭਰਿਆ ਜਦੋਂ ਕਿ ਬੀਜੇਪੀ ਖਲ ਨਾਇਕ ਦੀ ਭੂਮਿਕਾ ਦੇ ਵਿੱਚ ਨਜ਼ਰ ਆਈ ਹੈ ਇਸ ਸਾਲ ਦੌਰਾਨ ਮੌਸਮ ਨੇ ਖੇਤਾਂ ਦਾ ਸਾਥ ਜ਼ਰੂਰ ਨਿਭਾਇਆ ਪਰ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਵਿਪਤਾ ਦੇ ਵਿੱਚ ਪਾ ਕੇ ਰੱਖਿਆ ਕੇਂਦਰੀ ਖੇਤੀ ਕਾਨੂੰਨ ਕਿਸਾਨੀ ਤੇ ਬਿਜਲੀ ਵਾਂਗੂ ਡਿੱਗੇ ਕਿਸਾਨਾਂ ਨੇ ਇਸ ਸਾਲ ਦੇ ਵਿੱਚ ਜ਼ਿਆਦਾ ਸਮਾਂ ਸੜਕਾਂ ਰੇਲ ਮਾਰਗਾਂ ਤੇ ਸਰਹੱਦਾਂ ਦੇ ਉੱਤੇ ਕੱਢਿਆ ਕਿਸਾਨੀ ਖੋਲ ਦੀ ਗੂੰਜ ਕਮਨਤਰੀ ਮੰਚ ਉੱਤੇ ਵੀ ਪਈ ਕਿਸਾਨੀ ਦੇ ਫਿਕਰ ਪਹਿਲਾਂ ਕੋਵਿਡ ਦੀ ਅਲਾਮਤ ਨੇ ਵਧਾਏ 5 ਜੂਨ ਤੋਂ ਬਾਅਦ ਖੇਤੀ ਆਰਡੀਨੈਂਸਾਂ ਨੇ ਤਾਂ نیند ਹੀ ਉਡਾ ਦਿੱਤੀ ਸਾਲ ਦੇ ਅੱਧ ਤੋਂ ਪਹਿਲਾਂ ਕਣਕ ਦੀ ਫਸਲ ਬਿਮਾਰੀ ਤੇ ਮੌਸਮ ਦੀ ਮਾਰ ਤੋਂ ਤਾਂ ਬਚੀ ਰਹੀ ਪਰ ਜਦੋਂ ਖੇਤੀ ਕਾਨੂੰਨਾਂ ਦੀ ਗਾਜ ਸਿਰ ਤੇ ਆ ਕੇ ਡਿੱਗੀ ਤਾਂ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਨਿਕਲ ਕੇ ਸੜਕਾਂ ਦੇ ਉੱਤੇ ਬਹਿਣਾ ਪੈ ਗਿਆ ਰੇਲ ਪਟੜੀਆਂ ਦੇ ਉੱਤੇ ਬਹਿਣਾ ਪੈ ਗਿਆ ਬੇਸ਼ੱਕ ਕੋਵਿਡ ਕਰਕੇ ਕਣਕ ਦੀ ਵੇਚ ਵਟਤ ਲਈ ਬੰਦਸ਼ਾਂ ਚੱਲਣੀਆਂ ਪਈਆਂ ਪਰ ਫਸਲ ਵੇਚਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਬਠਿੰਡਾ ਦੇ ਪਿੰਡ ਬਾਜਿਕ ਦਾ ਕਿਸਾਨ ਬਲਦੇਵ ਸਿੰਘ ਦੱਸਦਾ ਹੈ ਕਿ ਕਣਕ ਦਾ ਝਾੜ ਪ੍ਰਤੀ ਏਕੜ 4 ਤੋਂ 5 ਮਣ ਵਧਿਆ ਕੋਵਿਡ ਕਰਕੇ ਮੰਡੀਆਂ ਵਿੱਚ ਕਿਸਾਨਾਂ ਨੂੰ ਪਾਸ ਲੈ ਕੇ ਫਸਲ ਵੇਚਣੀ ਪਈ 5 ਜੂਨ ਨੂੰ ਖੇਤੀ ਆਰਡੀਨੈਂਸ ਜਦੋਂ ਆਏ ਉਹ ਤੋਂ ਬਾਅਦ ਕਿਸਾਨਾਂ ਦੇ ਤੋਖਲੇ ਵਧ ਗਏ ਕਿਸਾਨਾਂ ਨੂੰ ਫਿਕਰ ਪੈ ਗਿਆ ਆਪਣੇ ਭਵਿੱਖ ਦਾ ਪੰਜਾਬ ਦੀਆਂ 10 ਕਿਸਾਨ ਧਿਰਾਂ ਨੇ ਇਸ ਦੇ ਖਿਲਾਫ ਬਿਗਲ ਵਜਾ ਦਿੱਤਾ ਵੱਡੀ ਲੜਾਈ ਦਾ ਲੰਮੀ ਲੜਾਈ ਦਾ ਜੂਨ ਮਹੀਨੇ ਵਿੱਚ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਐਸਡੀਐਮ ਦਫ਼ਤਰਾਂ ਦੇ ਮੂਹਰੇ ਧਰਨੇ ਸ਼ੁਰੂ ਕਰ ਦਿੱਤੇ ਸੀ 27 ਜੁਲਾਈ ਨੂੰ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਗਿਆ ਇਸ ਦੌਰਾਨ ਉਗਰਾਹਾ ਧੜੇ ਨੇ 15 ਸਤੰਬਰ ਤੋਂ 22 ਸਤੰਬਰ ਤੱਕ ਪਿੰਡ ਬਾਦਲ ਤੇ ਪਟਿਆਲਾ ਦੇ ਵਿੱਚ ਲੰਮੇ ਮੋਰਚੇ ਲਾਏ ਕਈ ਕਿ ਦਿਨਾਂ ਤੱਕ ਇਹ ਮੋਰਚੇ ਚੱਲੇ ਜਿਦੇ ਵਿੱਚ ਕਈ ਕਿਸਾਨ ਨੇ ਜਿਹੜੇ ਉਹ ਜਾਨਾਂ ਵੀ ਗਵਾ ਗਏ ਸਿੱਪਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੰਜਾਬ ਦੇ ਵਿੱਚ ਵੰਗਾਰ ਰੈਲੀਆਂ ਕੀਤੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 24 ਸਤੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਜਿਹੜਾ ਅੱਜ ਤੱਕ ਵੀ ਜਾਰੀ ਹੈ ਅੱਜ 99ਵਾਂ ਦਿਨ ਹੋ ਗਿਆ ਤੇ ਕੱਲ ਨੂੰ ਪੂਰਾ 100 ਦਿਨ ਹੋ ਜਾਏਗਾ ਇਸ ਕੋਲ ਨੂੰ ਸ਼ੁਰੂ ਹੋਏ ਹੋਏ 25 ਸਤੰਬਰ ਨੂੰ ਸਾਰੀਆਂ ਕਿਸਾਨ ਧਿਰਾਂ ਨੇ ਪੰਜਾਬ ਬੰਦ ਦਾ ਸੱਦਾ ਮੁਕੰਮਲ ਤੌਰ ਤੇ ਸਫਲ ਬਣਾਇਆ ਵੱਡੀ ਸਫਲਤਾ ਇਸ ਬੰਦ ਨੂੰ ਮਿਲੀ ਉਸ ਤੋਂ ਬਾਅਦ ਪਹਿਲੀ ਅਕਤੂਬਰ ਤੋਂ ਤਾਂ ਲਗਾਤਾਰ ਸੰਘਰਸ਼ ਹੁਣ ਤੱਕ ਜਾਰੀ ਹੈ ਬੱਤੀ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਅੰਦੋਲਨ ਸ਼ੁਰੂ ਕਰ ਦਿੱਤਾ 1 ਅਕਤੂਬਰ 2020 ਨੂੰ ਤੇ ਰੇਲ ਮਾਰਗ ਜਾਮ ਕਰ ਦਿੱਤੇ ਰੇਲਾਂ ਰੁਕ ਗਈਆਂ ਤੇ ਕਈ ਦਿਨਾਂ ਤੱਕ ਰੇਲ ਆਵਾਜਾਈ ਠੱਪ ਰਹੀ ਇਸ ਨੂੰ ਲੈ ਕੇ ਕੇਂਦਰ ਨੇ ਰੇਲਾਂ ਨਾ ਚਲਾਉਣ ਦੀ ਅੜੀ ਵੀ ਰੱਖੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਦੌਰਾਨ ਟਰੈਕਟਰ ਮਾਰਚ ਕੱਢੇ ਪੂਰਾ ਸਾਲ ਹੈ ਜਿਹੜਾ ਉਹ ਕਿਸਾਨੀ ਦੇ ਉੱਤੇ ਕੇਂਦਰਿਤ ਰਿਹਾ ਤੇ ਹੁਣ 27 ਨਵੰਬਰ ਜਾਂ ਕਹਿ ਲਈਏ ਕਿ 26 ਨਵੰਬਰ ਤੋਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਤੇ ਮੋਰਚੇ ਚੱਲ ਰਹੇ ਨੇ ਤੇ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਦੇ ਵਿੱਚ ਇਸ ਮੋਰਚੇ ਦੇ ਵਿੱਚ ਹੁਣ ਪੂਰੇ ਦੇਸ਼ ਦੇ ਕਿਸਾਨ ਸ਼ਾਮਿਲ ਹੋ ਚੁੱਕੇ ਨੇ ਤੇ ਇਹ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਕੱਲੇ ਕਿਸਾਨ ਹੀ ਨਹੀਂ ਦੇਸ਼ ਦਾ ਹਰ ਵਰਗ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਖੜਾ ਹੈ ਤੇ ਕਿਸਾਨਾਂ ਦੇ ਇਸ ਅੰਦੋਲਨ ਦੀ ਖਾਸ ਗੱਲ ਰਹੀ ਕਿ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਕੋਈ ਵੀ ਸਿਆਸੀ ਪੁੱਠ ਹੈ ਜਿਹੜੀ ਉਹ ਨਹੀਂ ਚੜਨ ਦਿੱਤੀ। ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਸਿਆਸੀ ਲੀਡਰਾਂ ਦਾ ਵੜਨਾ ਮੋਹਾਲ ਹੋਇਆ ਹੋਇਆ ਹੈ। ਕਿਸਾਨਾਂ ਦੇ ਲਈ ਬੀਜੇਪੀ ਇਸ ਵਾਰੇ ਪੂਰਨ ਤੌਰ ਤੇ ਖਲਨਾਇਕ ਹੋ ਨਿਬੜੀ ਹੈ ਜਿਵੇਂ ਫਿਲਮਾਂ ਦੇ ਵਿੱਚ ਖਲਨਾਇਕ ਹੁੰਦੇ ਨੇ ਨਾਇਕ ਹੁੰਦੇ ਨੇ ਤੇ ਇਸ ਪੂਰੇ ਸਿਨੈਰੀਓ ਦੇ ਵਿੱਚ ਕਿਸਾਨ ਨਾਇਕ ਅਤੇ ਬੀਜੇਪੀ ਪਾਰਟੀ ਹੈ ਜਿਹੜੀ ਬੀਜੇਪੀ ਸਰਕਾਰ ਹੈ ਉਹ ਖਲਨਾਇਕ ਦੇ ਵਜੋਂ ਨਿਭਰੀ ਹੈ। ਇਸ ਵਾਰੇ ਦੇ ਅੱਧ ਤੋਂ ਬਾਅਦ ਜਿੰਨੇ ਵੀ ਤਿਥ ਤਿਉਹਾਰ ਆਉਂਦੇ ਨੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਸਾਰੇ ਫਿੱਕੇ ਰਹੇ ਨੇ ਕਿਉਂਕਿ ਕਿਸਾਨ ਸੜਕਾਂ ਦੇ ਉੱਤੇ ਬੈਠੇ ਰਹੇ ਸੀ ਕਿਸਾਨਾਂ ਨੇ ਦੁਸ਼ਹਿਰਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਬਣਾਇਆ ਤੇ ਹਾਲੇ ਤੱਕ ਨਰੇਂਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਇਸ ਗੁੱਸੇ ਨੂੰ ਨਹੀਂ ਭੁੱਲੇ ਤੇ ਕਿਸਾਨਾਂ ਨੇ ਦੀਵਾਲੀ ਵੀ ਕਾਲੀ ਹੀ ਮਨਾਈ ਹਾਲਾਂਕਿ ਸ਼ਹੀਦੀ ਦਿਹਾੜੇ ਨੇ ਜਿਹੜੇ ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਨੇ ਆਪਣੇ ਮੋਰਚਿਆਂ ਦੇ ਵਿੱਚ ਹੀ ਮਨਾਏ ਸ਼ਹਾਦਤਾਂ ਨੂੰ ਸਮਰਪਿਤ ਸਮਾਗਮ ਨੇ ਜਿਹੜੇ ਉਹ ਜ਼ਰੂਰ ਕਰਵਾਏ ਗਏ ਤੇ ਹੁਣ ਜਿਹੜਾ ਨਵਾਂ ਸਾਲ ਹੈ ਉਹ ਵੀ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਹੀ ਮਨਾਉਣਾ ਕਿਸਾਨਾਂ ਤੋਂ ਬਾਅਦ ਹੁਣ ਗੱਲ ਕਰ ਲੈਨੇ ਆ 220 ਦੇ ਵਿੱਚ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਕੀ ਹਾਲਾਤ ਲਹਿ ਰਹੇ ਕੋਵਿਡ 19 ਕਰਕੇ ਤਾਲਾਬੰਦੀ ਹੋਈ ਲਾਕਡਾਊਨ ਲੱਗਿਆ ਉਹਦੇ ਕਰਕੇ ਕਈ ਮਹੀਨੇ ਕਾਰੋਬਾਰ ਨੇ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਠੱਪ ਰਹੇ ਸੂਬੇ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਮੰਨੀਆਂ ਜਾਣ ਵਾਲੀਆਂ ਸੰਤਾਂ 220 ਦੇ ਵਿੱਚ ਕਦੇ ਮੰਦੀ ਤੇ ਕਦੇ ਤੇਜ਼ੀ ਦੇ ਚੱਕਰ ਦੇ ਵਿੱਚ ਫਸਿਆ ਰਹੀਆਂ ਹਾਲਾਤ ਇਹ ਰਹੇ ਕਿ ਜਦੋਂ ਸੰਤਕਾਰਾਂ ਦੇ ਕਾਰੋਬਾਰਾਂ ਦੇ ਵਿੱਚ ਤੇਜ਼ੀ ਦਾ ਸਮਾਂ ਸੀ ਉਦੋਂ ਕਦੇ ਲੇਬਰ ਨਹੀਂ ਮਿਲੀ ਤੇ ਕਦੇ ਆਵਾਜਾਈ ਠੱਪ ਹੋਣ ਕਰਕੇ ਉਹਨਾਂ ਨੂੰ ਪਰੇਸ਼ਾਨੀ ਝਲਣੀ ਪਈ ਫਿਰ ਕਈ ਮਹੀਨਿਆਂ ਤੱਕ ਕਰੋਨਾ ਲਾਕਡਾਊਨ ਦੌਰਾਨ ਆਪਣੀਆਂ ਫੈਕਟਰੀਆਂ ਬੰਦ ਰੱਖਣ ਵਾਲੇ ਸਨਦਕਾਰਾਂ ਨੇ 220 ਸਾਲ ਨੂੰ ਮੁਸਕਰਾਉਂਦੇ ਹੋਏ ਹੀ ਕੱਢਿਆ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੂੰ ਪ੍ਰਵਾਸ ਕਰਕੇ ਮੁੜ ਆਪਣੇ ਸੂਬਿਆਂ ਦੇ ਵੱਲ ਜਾਣਾ ਪਿਆ ਤੁਰ ਕੇ ਜਾਂ ਫਿਰ ਵਾਹਨਾ ਦੇ ਵਿੱਚ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਉਹਨਾਂ ਨੇ ਝੱਲਿਆ ਕਈ ਮਜ਼ਦੂਰਾਂ ਦੀਆਂ ਜਾਨਾਂ ਵੀ ਗਈਆਂ ਤੇ ਪੰਜਾਬ ਇੱਕ ਤਰੀਕੇ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਕਾਰਨ ਮਜ਼ਦੂਰਾਂ ਦੂਰੀ ਪੱਖੋਂ ਜ਼ਰੂਰ ਖਾਲੀ ਹੋ ਗਿਆ ਦੇਖਿਆ ਲੁਧਿਆਣਾ ਦੇ ਸਨਦਕਾਰ ਅਰਦਾਸ ਕਰ ਰਹੇ ਨੇ ਹੁਣ ਕਿ 2021 ਆ ਜਿਹੜਾ ਉਹ ਸਨਤਾਂ ਦੇ ਲਈ ਚੰਗਾ ਚੜੇ ਜਿਸ ਤਰੀਕੇ ਨਾਲ ਮੌਜੂਦਾ ਸਮੇਂ ਦੌਰਾਨ ਸਾਈਕਲ ਹੌਜਰੀ ਤੇ ਸਟੀਲ ਕਾਰੋਬਾਰ ਦੇ ਵਿੱਚ ਤੇਜ਼ੀ ਹੈ ਤੇ ਅਗਲੇ ਸਾਲ ਵੀ ਬਰਕਰਾਰ ਰਹੇ ਕੋਵਿਡ-19 ਦੇ ਦੌਰ ਦੇ ਵਿੱਚ ਲੋਕਾਂ ਦੇ ਵਿੱਚ ਕਈ ਚੰਗੀਆਂ ਆਤਾਂ ਉਹ ਵੀ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਈਕਲਿੰਗ ਕਰਨਾ ਸਾਈਕਲ ਚਲਾਉਣ ਦਾ ਰੁਝਾਨ ਹੈ ਜਿਹੜਾ ਵਿਦੇਸ਼ਾਂ ਦੇ ਵਾਂਗੂ ਹੁਣ ਇੱਥੇ ਵੀ ਵਧਣ ਲੱਗਿਆ ਹੈ ਲੋਕ ਸਾਈਕਲ ਚਲਾਉਣ ਨੂੰ ਕੋਈ ਬੇਇੱਜ਼ਤੀ ਵਾਲਾ ਜਿਹੜਾ ਨਹੀਂ ਮੰਨ ਰਹੇ ਕੰਮ ਨਹੀਂ ਮੰਨ ਰਹੇ ਹੁਣ ਸਗੋਂ ਸ਼ਾਨ ਦੇ ਨਾਲ ਸਾਈਕਲ ਚਲਾਉਂਦੇ ਨੇ ਨੌਜਵਾਨ ਨੇ ਜਿਹੜੇ ਜਾਂ ਫਿਰ ਵੱਡੇ-ਵੱਡੇ ਜਿਹੜੀਆਂ ਹਸਤੀਆਂ ਨੇ ਉਹ ਵੀ ਸਾਈਕਲ ਚਲਾਉਣ ਦੇ ਵਿੱਚ ਮਾਣ ਮਹਿਸੂਸ ਕਰਦੀਆਂ ਨੇ ਮਾਂਚੈਸਟਰ ਆਫ ਇੰਡੀਆ ਦੇ ਨਾਂ ਨਾਲ ਮਸ਼ਹੂਰ ਲੁਧਿਆਣਾ ਦੇ ਵਿੱਚ ਕਈ ਤਰ੍ਹਾਂ ਦੀਆਂ ਸਨਤਾਂ ਤਾਂ ਚੱਲ ਰਹੀਆਂ ਨੇ ਸਾਈਕਲ ਬਣਾਉਣ, ਹੌਜਰੀ ਦੇ ਮਾਲ ਤੇ ਸਟੀਲ ਦੇ ਕਾਰੋਬਾਰ ਵਿੱਚ ਤਾਂ ਲੁਧਿਆਣਾ ਦੀਆਂ ਸਨਤਾਂ ਦਾ ਨਾਂ ਮੁਰਲੀ ਕਤਾਰ ਵਿੱਚ ਆਉਂਦਾ ਹੈ ਪਰ 220 ਦੇ ਮਾਰਚ ਮਹੀਨੇ ਇਨ੍ਹਾਂ ਸਨਤਾਂ ਦੇ ਲਾਕਡਾਊਨ ਨੇ ਪਹਿਲੀ ਵਾਰੀ ਤਾਲੇ ਲਾ ਦਿੱਤੇ ਆਪਣੇ ਘਰ-ਬਾਰ ਛੱਡ ਕੇ ਲੁਧਿਆਣਾ ਰੋਜ਼ੀ-ਰੋਟੀ ਲਈ ਆਏ 15 ਲੱਖ ਮਜ਼ਦੂਰ ਕਮਰਿਆਂ ਵਿੱਚ ਬੰਦ ਹੋ ਗਏ ਤੇ ਜਦੋਂ ਬੰਦ ਹੋ ਕੇ ਰਹਿ ਗਏ ਖਾਣ ਨੂੰ ਕੁਝ ਨਹੀਂ ਮਿਲਿਆ ਤਾਂ ਹਾਲਾਤ ਨੂੰ ਦੇਖਦੇ ਹੋਣਾ ਪੈਦਲ ਹੀ ਆਪਣੇ ਪਿਤਰੀ ਪਿੰਡਾਂ ਵੱਲ ਚੱਲੇ ਪਾ ਦਿੱਤੇ ਸੀ ਮਈ ਜੂਨ ਆਉਂਦਿਆਂ ਲੋਕਡਾਊਨ ਖੁੱਲਣ ਤੋਂ ਬਾਅਦ ਹੌਲੀ-ਹੌਲੀ ਫੈਕਟਰੀਆਂ ਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਪਰ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ 70% ਮਜ਼ਦੂਰ ਆਪੋ ਆਪਣੇ ਪਿੰਡਾਂ ਨੂੰ ਪਰਤ ਗਏ ਸੀ ਜਿਸ ਦੇ ਬਾਵਜੂਦ ਲੁਧਿਆਣਾ ਦੇ ਸਨਤਕਾਰਾਂ ਨੇ ਦੁਬਾਰਾ ਆਪਣੇ ਕੰਮ ਨੂੰ ਲੀਤੇ ਜਿਵੇਂ ਕਿਵੇਂ ਕਰਕੇ ਲੈ ਕੇ ਆਂਦਾ ਜੁਲਾਈ-ਅਗਸਤ ਤੱਕ ਲੁਧਿਆਣਾ ਦੀਆਂ ਸਨਤਾਂ ਦੇ ਵਿੱਚ ਕੰਮ ਪੂਰੀ ਤੇਜ਼ੀ ਦੇ ਨਾਲ ਸ਼ੁਰੂ ਜ਼ਰੂਰ ਹੋ ਗਿਆ ਸੀ ਪਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਕਾਰਨ ਬੰਦ ਹੋਈਆਂ ਮਾਲ ਗੱਡੀਆਂ ਦੇ ਕਾਰਨ ਸਾਰੀਆਂ ਸਨਤਾਂ ਦੇ ਉੱਤੇ ਫੇਰ ਵੱਡੀ ਮਾਰ ਪਈ। باوجود ਇਸ ਦੇ ਲੁਧਿਆਣਾ ਦੇ ਸਨਤਕਾਰਾਂ ਨੇ ਹਿੰਮਤ ਨਹੀਂ ਹਾਰੀ ਤੇ ਸੜਕੀ ਮਾਰਗ ਰਹੀ ਆਪਣਾ ਤਿਆਰ ਕੀਤਾ ਮਾਲ ਜਿਹੜਾ ਉਹ ਬਾਹਰ ਭੇਜਣਾ ਸ਼ੁਰੂ ਕੀਤਾ। ਸੋ ਲੁਧਿਆਣਾ ਦੀਆਂ ਕੁਝ ਸਨਤਾਂ ਦੇ ਜਿੱਥੇ ਕਰੋਨਾ ਦੀ ਬਹੁਤ ਮਾਰ ਪਈ ਉੱਥੇ ਹੀ ਕਰੋਨਾ ਕਾਲ ਦੌਰਾਨ ਵੀ ਸੋ ਵੀ ਕੁਝ ਸਨਤਾਂ ਦੇ ਲਈ ਕਾਫੀ ਚੰਗਾ ਵੀ ਰਿਹਾ। ਲੁਧਿਆਣਾ ਦੇ ਸਾਈਕਲ ਇੰਡਸਟਰੀ ਨੂੰ ਵੱਡਾ ਬੂਮ ਮਿਲਿਆ। ਲੁਧਿਆਣਾ ਵਿੱਚ ਮੈਡੀਕਲ ਪ੍ਰੋਡਕਟ ਤਿਆਰ ਹੋਣੇ ਵੀ ਸ਼ੁਰੂ ਹੋ ਗਏ। ਕਰੋਨਾ ਕਾਲ ਦੌਰਾਨ ਹੀ ਲੁਧਿਆਣਾ ਦੀਆਂ ਵੱਡੀਆਂ ਸਨਤਾਂ ਨੇ ਪਹਿਲੀ ਵਾਰ ਪੀਪੀ ਕਿਟਾਂ, ਐਨ 95 ਮਾਸਕ ਤੇ ਸਰਜਿਕਲ ਮਾਸਕ ਬਣਾਉਣ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਲਾ ਦਿੱਤੀਆਂ। ਲੁਧਿਆਣਾ ਦੀਆਂ ਵੱਡੀਆਂ ਸਨਤਾਂ ਨੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਪੀਪੀ ਕਿਟਾਂ ਤੇ ਐਨ 95 ਮਾਸਕ ਬਣਾ ਕੇ ਪੂਰੇ ਦੇਸ਼ ਵਿੱਚ ਸਪਲਾਈ ਕੀਤੀ। ਕੁਝ ਸਨਤਕਾਰਾਂ ਨੇ ਤਾਂ ਪੀਪੀ ਕਿਟ ਤੇ ਮਾਸਕ ਐਕਸਪੋਰਟ ਵੀ ਕੀਤੇ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਨਾ ਤਾਂ ਕਦੇ ਪੀਪੀ ਕਿਟ ਬਣੀ ਸੀ ਤੇ ਨਾ ਹੀ ਮਾਸਕ ਬਣੇ ਸੀ। ਇਸੀ ਤਰ੍ਹਾਂ ਹੀ ਬਾਕੀ ਸ਼ਰਾਂ ਦਾ ਵੀ ਹਾਲ ਰਿਹਾ ਲੁਧਿਆਣਾ ਦੀ ਗੱਲ ਤਾਂ ਕੀਤੀ ਹੈ ਕਿਉਂਕਿ ਲੁਧਿਆਣਾ ਪੰਜਾਬ ਦਾ ਇੱਕ ਵੱਡਾ ਸਨਤੀ ਸ਼ਹਿਰ ਹੈ ਤੇ ਇੱਥੇ ਫੈਕਟਰੀਆਂ ਵੀ ਜ਼ਿਆਦਾ ਨੇ ਕਰੋਨਾ ਕਾਲ ਦੇ ਦੌਰਾਨ ਜਿਹੜਾ ਲੋਕਡਾਊਨ ਲੱਗਿਆ ਸੀ ਜਿਹੜੀ ਤਾਲਾਬੰਦੀ ਹੋਈ ਸੀ ਉਹਦੇ ਵਿੱਚ ਪੰਜਾਬ 'ਚ ਡਕੈਤੀਆਂ ਕਤਲ ਤੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵੀ ਵਧੇ ਦਿਖੇ ਤਾਲਾਬੰਦੀ ਦੌਰਾਨ ਔਰਤਾਂ ਦੇ ਖਿਲਾਫ ਅਪਰਾਧ ਨੇ ਜਿਹੜੇ ਉਹ ਵਦੇ ਬਲਾਤਕਾਰ ਘਰੇਲੂ ਹਿੰਸਾ ਤੇ ਚੋਰੀ ਦੇ ਮਾਮਲੇ ਨੇ ਜਿਹੜੇ ਉਹ ਕਟੇ ਪੰਜਾਬ ਚ 220 ਦੇ ਪਹਿਲੇ 11 ਮਹੀਨਿਆਂ ਦੌਰਾਨ ਡਕੈਤੀਆਂ ਲੁੱਟਖੋ ਕਤਲ ਇਰਾਦਾ ਕਤਲ ਤੇ ਨਕਲੀ ਸ਼ਰਾਬ ਦੇ ਮਾਮਲਿਆਂ ਦੇ ਵਿੱਚ ਹੈਰਾਨੀਜਨਕ ਵਾਧਾ ਹੋਇਆ ਤੇ ਮਾਝੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 700 ਤੋਂ ਵੱਧ ਵਿਅਕਤੀਆਂ ਦੀ ਮੌਤ ਹੈ ਜਿਹੜੀ ਉਸ ਨੇ ਤਾਂ ਪੰਜਾਬ ਦਾ ਨਾਂ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਵਾਰੀ ਚਮਕਾ ਦਿੱਤਾ ਸੀ ਪਰ ਨੈਗੇਟਿਵ ਤਰੀਕੇ ਦੇ ਨਾਲ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਹਿਰੀਲੀ ਸ਼ਰਾਬ ਦਾ ਜ਼ਹਿਰੀਲਾ ਧੰਦਾ ਕੀਤਾ ਜਾਂਦਾ ਹੈ ਜਿਦੇ ਵਿੱਚ ਇੱਕ ਦਮ 100 ਤੋਂ ਵੱਧ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਆਪਣੀ ਜਾਨ ਹੈ ਜਿਹੜੀ ਉਹ ਗਵਾਉਣੇ ਪਈ ਪੁਲਿਸ ਦੇ ਦਿੱਤੇ ਤੱਥਾਂ ਦੇ ਮੁਤਾਬਕ ਇਸ ਸਾਲ ਦੌਰਾਨ ਸਧਾਰਨ ਕਿਸਮ ਤੇ ਔਰਤਾਂ ਦੇ ਖਿਲਾਫ ਅਪਰਾਧਾਂ ਦੇ ਵਿੱਚ ਵੱਡੀ ਕਮੀ ਵੀ ਦਰਜ ਕੀਤੀ ਗਈ। ਛੋਟੇ-ਮੋਟੇ ਅਪਰਾਧਾਂ ਵਿੱਚ ਕਮੀ ਦਾ ਵੱਡਾ ਕਾਰਨ ਕੋਰੋਨਾ ਕਾਲ ਤੇ ਕਿਸਾਨੀ ਅੰਦੋਲਨ ਹੀ ਮੰਨਿਆ ਜਾ ਰਿਹਾ ਹੈ। ਮਾਰਚ ਮਹੀਨੇ ਤੋਂ ਕੋਰੋਨਾ ਦੀ ਦਹਿਸ਼ਤ ਤੇ ਸਰਕਾਰੀ ਫਰਮਾਨਾਂ ਦੇ ਨਾਲ ਲੋਕ ਆਪਣੇ ਘਰਾਂ ਦੇ ਅੰਦਰ ਜਿਹੇ ਬੰਦ ਹੋਏ ਕਿ ਚੋਰੀ, ਬਲਾਤਕਾਰ, ਦਾਜ ਦੇਹੇਜ ਦੇ ਕਤਲ, ਦੇਹੇਜ ਦਾ ਦੇਹੇਜ ਮੰਗਣ, ਕੁੱਟਮਾਰ ਔਰਤਾਂ ਖਿਲਾਫ ਘਰੇਲੂ ਹਿੰਸਾ ਜ਼ਰੂਰ ਵਧੀ ਪਰ ਛੇੜਛਾੜ ਇਹੋ ਜਿਹੇ ਅਪਰਾਧਾਂ ਦੇ ਵਿੱਚ ਕਮੀ ਹੈ ਜਿਹੜੀ ਉਹ ਜ਼ਰੂਰ ਦਰਜ ਕੀਤੀ ਗਈ। ਘਰੇਲੂ ਹਿੰਸਾ ਵਧਣ ਦਾ ਕਾਰਨ ਸੀ ਕਿ ਜਦੋਂ ਲਾਕਡਾਊਨ ਦੌਰਾਨ ਸਾਰਾ ਕੁਝ ਬੰਦ ਹੋ ਗਿਆ ਤਾਂ ਬੰਦੇ ਜਿਹੜੇ ਉਹ ਵੀ ਘਰਾਂ ਦੇ ਅੰਦਰ ਤੜਕੇ ਰਹਿ ਗਏ ਤੇ ਇਸ ਕਾਰਨ ਜਦੋਂ ਸਾਰਾ ਸਾਰਾ ਦਿਨ 24 24 ਘੰਟੇ ਇਕੱਠੇ ਰਹਿਣਾ ਤਾਂ ਘਰੇਲੂ ਝਗੜੇ ਨੇ ਜਿਹੜੇ ਇਹਦੇ ਨਾਲ ਜ਼ਰੂਰ ਵਧੇ ਸੀ ਤੇ ਜਿਹੜਾ ਪੰਜਾਬ ਦਾ ਵਿਮਨ ਕਮਿਸ਼ਨ ਹੈ ਉਸ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਉਹਨਾਂ ਨੇ ਵੀ ਕਈ ਵਾਰੀ ਜਿਹੜੀ ਇਹ ਜਾਣਕਾਰੀ ਦਿੱਤੀ ਕਿ ਘਰੇਲੂ ਹਿੰਸਾ ਦੇ ਮਾਮਲੇ ਨੇ ਜਿਹੜੇ ਉਹ ਸਾਡੇ ਕੋਲ ਹੁਣ ਬਹੁਤ ਆਦਾ ਪਹੁੰਚ ਰਹੇ ਨੇ ਸ਼ਿਕਾਇਤਾਂ ਜ਼ਿਆਦਾ ਪਹੁੰਚ ਰਹੀਆਂ ਨੇ 2020 ਦੇ ਵਿੱਚ ਡਕੈਤੀਆਂ ਸੂਚਨਾ ਟੈਕਨੋਲੋਜੀ ਕਤਲ ਤੇ ਰਾਦਾ ਕਤਲ ਦੇ ਮਾਮਲੇ ਪਿਛਲੇ ਸਾਲ ਨਾਲੋਂ ਵਧੇ ਦਰਜ ਕੀਤੇ ਗਏ ਨੇ ਕਰੋਨਾ ਕਾਰਨ ਮਹਾਮਾਰੀ ਐਕਟ ਤੇ ਕਰਫਿਊ ਦੀ ਉਲੰਘਣਾ ਵਰਗੇ ਮਾਮਲਿਆਂ ਵਿੱਚ ਹੀ ਪੰਜਾਬੀਆਂ ਖਿਲਾਫ ਪੁਲਿਸ ਦੇ ਵੱਲੋਂ ਜ਼ਿਆਦਾਤਰ ਕਾਰਵਾਈ ਕੀਤੀ ਗਈ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੂਬੇ ਵਿੱਚ ਹਰ ਸਾਲ ਅਪਰਾਧਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਸੀ ਇਸ ਸਾਲ ਮਾਰਚ ਮਹੀਨੇ ਤੋਂ ਲੈ ਕੇ ਦਸੰਬਰ ਤੱਕ ਜ਼ਿਆਦਾਤਰ ਲੋਕ ਆਪਣੇ ਘਰਾਂ ਅੰਦਰ ਰਹਿਣ ਕਾਰਨ ਕਈ ਤਰ੍ਹਾਂ ਦੇ ਅਜਿਹੇ ਅਪਰਾਧ ਨੇ ਜਿਹੜੇ ਘਟੇ ਜਿਸ ਦਾ ਸਮਾਜ ਤੇ ਅਸਰ ਪੈਂਦਾ ਹੈ ਤੇ ਪੁਲਿਸ ਦੇ ਅਕਸ ਦੇ ਉੱਤੇ ਵੀ ੱੱਬਾ ਲੱਗਦਾ ਹੈ ਅੰਕੜਿਆਂ ਦੀ ਗੱਲ ਕਰ ਲਈਏ ਤਾਂ ਡਕੈਤੀਆਂ ਦੇ ਅੰਕੜੇ ਥੋੜੇ ਜੇ ਹੈਰਾਨ ਕਰਨ ਵਾਲੇ ਨੇ ਸੂਬੇ ਦੇ ਵਿੱਚ ਪਿਛਲੇ ਸਾਲ 2019 ਦੇ ਪਹਿਲੇ 11 ਮਹੀਨਿਆਂ ਦੌਰਾਨ ਜੇਕਰ 19 ਡਾਕੇ ਪਏ ਸੀ ਤਾਂ ਇਸ ਸਾਲ 30 ਨਵੰਬਰ ਤੱਕ 37 ਡਾਕੇ ਪੈਣ ਦੇ ਮਾਮਲੇ ਦਰਜ ਕੀਤੇ ਗਏ 84 ਮਾਮਲੇ ਡਕੈਤੀ ਦੀ ਤਿਆਰੀ ਕਰਦੇ ਆ ਫੜੇ ਜਾਣ ਨਾਲ ਸੰਬੰਧਿਤ ਵੀ ਇੱਥੇ ਦਰਜ ਕੀਤੇ ਗਏ ਇਨ੍ਹਾਂ ਅੰਕੜਿਆਂ ਤੋਂ ਬਾਅਦ ਹੁਣ ਜੀ ਗੱਲ ਕਰ ਲਈਏ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤਾਂ ਕਰੋਨਾ ਕਾਲ ਦੇ ਵਿੱਚ ਐਸਜੀਪੀਸੀ ਵਿੱਤੀ ਸੰਕਟ ਦਾ ਸ਼ਿਕਾਰ ਹੋਈ ਅਤੇ ਪੂਰਾ ਸਾਲ ਸਿੱਖ ਭਾਈਚਾਰੇ ਦੇ ਵਿੱਚ 328 ਪਾਵਨ ਸਰੂਪ ਗਵਾਚਣ ਦਾ ਮਾਮਲਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਤੇ ਹਾਲੇ ਵੀ ਇਸ ਮਾਮਲੇ ਨੂੰ ਲੈ ਕੇ ਮੋਰਚਾ ਜਿਹੜਾ ਉਹ ਲੱਗਿਆ ਹੋਇਆ ਹੈ ਕਰੋਨਾ ਮਹਾਮਾਰੀ ਕਾਰਨ 220 ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਜਿੱਥੇ ਦਰਜ ਹੋਇਆ ਉੱਥੇ ਹੀ ਵੱਖ-ਵੱਖ ਖੇਤਰਾਂ ਦੇ ਵਿੱਚ

ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਵਿੱਚ ਇਹ ਜਿਹੜਾ ਸਾਲ ਹੈ ਜ਼ਰੂਰ ਯਾਦ ਰੱਖਿਆ ਜਾਏਗਾ ਤੇ ਵੱਡਾ ਵੱਡਾ ਜਿਹੜਾ ਯਾਦਦਾ ਕਰਨਾ ਉਹ ਕਿਸਾਨ ਅੰਦੋਲਨ ਕਰਕੇ ਸ਼ਾਇਦ ਯਾਦ ਰੱਖਿਆ ਜਾਏਗਾ ਕਿਉਂਕਿ ਕਿਸਾਨ ਅੰਦੋਲਨ ਹੈ ਜਿਹੜਾ ਉਹ ਕਰੋਨਾ ਕਾਲ ਦੇ ਉੱਤੇ ਵੀ ਭਾਰੀ ਪੈ ਗਿਆ ਜਾਪਦਾ ਹੈ ਪੰਜਾਬ ਦੇ ਵਿੱਚ ਕਰੋਨਾ ਕਾਲ ਦਾ ਅਸਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਰਥਿਕ ਸਰੋਤਾਂ ਤੇ ਵੀ ਪਿਆ ਤੇ ਸੰਸਥਾ ਵਿੱਤੀ ਸੰਕਟ ਦਾ ਸ਼ਿਕਾਰ ਹੋਈ ਸੰਸਥਾ ਦੇ ਪਬਲਿਕੇਸ਼ਨ ਬਿਊਰੋ ਦੇ ਰਿਕਾਰਡ ਦੇ ਵਿੱਚ ਉਹ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਇਸ ਵਾਰੇ ਪੂਰੇ ਸਿੱਖਾ ਤੇ ਰਿਹਾ ਦੇ ਕਾਰਨ ਸਿੱਖ ਸੰਸਥਾ ਦੀ ਸਾਖ ਨੂੰ ਵੱਡੀ ਟਾ ਲੱਗੀ ਤੇ ਇਹ ਵਾਰਾ ਸਿੱਖ ਸੰਸਥਾ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਕੌੜੀ ਯਾਦ ਵਜੋਂ ਜ਼ਰੂਰ ਯਾਦ ਰਹੇਗਾ ਤੇ ਕਰੋਨਾ ਕਾਲ ਕਰਕੇ ਸ਼ਾਇਦ ਪਹਿਲੀ ਵਾਰੀ ਹੋਇਆ ਹੋਊਗਾ ਕਿ ਸੰਗਤ ਦੇ ਲਈ ਗੁਰਦੁਆਰਿਆਂ ਦੇ ਦਰਵਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀ ਵਿਦੇਸ਼ਾਂ ਵਿੱਚ ਵੀ ਕਈ ਗੁਰਦੁਆਰੇ ਬੰਦ ਕਰ ਦਿੱਤੇ ਗਏ ਸੀ ਇਸ ਦੌਰਾਨ ਹਰਮੰਦਰ ਸਾਹਿਬ ਦੇ ਦਰਵਾਜ਼ੇ ਇੱਕ ਦਿਨ ਵੀ ਸ਼ਰਧਾਲੂਆਂ ਵਾਸਤੇ ਬੰਦ ਨਹੀਂ ਹੋਏ ਪਰ ਕਰਫਿਊ ਤੇ ਆਵਾਜ਼ਾਈ ਬੰਦ ਹੋਣ ਕਾਰਨ ਸੰਗਤ ਦੀ ਆਮਦ ਬਹੁਤ ਘੱਟ ਰਹਿ ਗਈ ਸੀ ਸਿਰਫ ਨੇੜਲੇ ਇਲਾਕੇ ਦੇ ਕੁਝ ਸ਼ਰਧਾਲੂ ਤੇ ਕੁਝ ਅਮਲਾ ਮੈਂਬਰ ਹੀ ਆਉਂਦੇ ਸੀ ਸ਼ਰਧਾਲੂਆਂ ਦੀ ਆਮਦ ਨਾ ਹੋਣ ਕਾਰਨ ਅਸਰ ਹੈ ਜਿਹੜਾ ਸਿੱਧਾ ਗੁਰਦੁਆਰੇ ਦੀ ਗੋਲਕ ਤੇ ਪਿਆ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਦਾਨ ਦੀ ਰਕਮ ਵੀ ਰੁਕ ਗਈ ਸੀ ਜਿਹੇ ਹਾਲਾਤਾਂ ਵਿੱਚ ਸਾਰੇ ਜਿਹੜੇ ਗੁਰਦੁਆਰੇ ਨੇ ਉਹ ਆ ਗਏ ਸੀ ਆਮਦਨ ਵੱਡੇ ਪੱਧਰ ਤੇ ਜਦੋਂ ਘਟੀ ਤਾਂ ਸ਼੍ਰੋਮਣੀ ਕਮੇਟੀ ਨੇ ਹੋਰਨਾ ਅਦਾਰਿਆਂ ਵਾਂਗ ਮੰਨਿਆ ਜਾ ਰਿਹਾ ਕਿ ਨਾ ਤਾਂ ਆਪਣੇ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਤੇ ਨਾ ਹੀ ਲੰਗਰ ਦਾ ਕੰਮ ਹੈ ਜਿਹੜਾ ਉਹ ਰੋਕਿਆ ਗਿਆ ਹਾਲਾਂਕਿ ਤਨਖਾਹਾਂ ਲੇਟ ਨੇ ਜਿਹੜੀਆਂ ਉਹ ਜ਼ਰੂਰ ਕਈ ਵਾਰੀ ਸੁਣੀਆਂ ਗਈਆਂ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ادارے ਹੈਗੇ ਨੇ ਉਹਨਾਂ ਦੇ ਵਿੱਚ ਹਾਲੇ ਤੱਕ ਵੀ ਕਰਮਚਾਰੀਆਂ ਦੀਆਂ ਤਨਖਾਹਾਂ ਹਨ ਜਿਹੜੀਆਂ ਪੈਂਡਿੰਗ ਪਈਆਂ ਨੇ ਪਰ ਜਿਹੜੇ ਗੁਰਦੁਆਰਿਆਂ ਦੇ ਵਿੱਚ ਕੰਮ ਕਰਦੇ ਜਾਂ ਫਿਰ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਐਸਪੀਸੀ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਲਗਾਤਾਰ ਮਿਲਦੀਆਂ ਨਹੀਂ ਆ ਇਹ ਵੀ ਖਬਰਾਂ ਆਈਆਂ ਸੀ ਕਿ ਭਾਂ ਜਿਹੜੀ ਗੁਰਦੁਆਰਿਆਂ ਦੇ ਵਿੱਚ ਸਿੱਕੇ ਹੁੰਦੇ ਨੇ ਜਿਹਦਾ ਮੱਥਾ ਟੇਕਦੇ ਨੇ ਲੋਕ ਉਹ ਵੀ ਗਿਣ-ਗਿਣ ਕੇ ਤਨਖਾਹਾਂ ਦੇ ਰੂਪ ਵਿੱਚ ਦਿੱਤੀ ਗਈ ਇਹਨਾਂ ਵਿੱਤੀ ਘਾਟਾ ਕਮੇਟੀ ਨੇ ਸਿਹਾ ਸ਼ੋਮਣੀ ਕਮੇਟੀ ਦਾ ਜਿਹੜਾ 28 ਮਾਰਚ ਨੂੰ ਪਹਿਲਾ ਸਾਲਾਨਾ ਬਜਟ ਸਮਾਗਮ ਰੱਖਿਆ ਗਿਆ ਸੀ ਜਿਹੜਾ ਕਿ ਮੁਲਤਵੀ ਕਰ ਦਿੱਤਾ ਸੀ ਤੇ 6 ਮਹੀਨੇ ਤੋਂ ਬਾਅਦ 28 ਸਤੰਬਰ ਨੂੰ ਕੀਤਾ ਗਿਆ ਆਮਦਨ ਵਿੱਚ ਘਾਟ ਆਉਣ ਕਾਰਨ ਪਿਛਲੇ ਵਰੇ ਦੇ 1206 ਕਰੋੜ ਰੁਪਏ ਦੇ ਸਾਲਾਨਾ ਬਜਟ ਦੀ ਥਾਂ 20 2021-22 ਲਈ ਸਿਰਫ 981 ਕਰੋੜ ਰੁਪਏ ਦਾ ਹੀ ਬਜਟ ਪਾਸ ਕੀਤਾ ਗਿਆ ਤੇ ਇਹਦੇ ਵਿੱਚ ਲਗਭਗ 19 ਫੀਸਦੀ ਦੀ ਕਮੀ ਆਈ ਜਦੋਂ ਕਿ ਆਮਦਨ ਦੇ ਵਿੱਚ 30 ਫੀਸਦੀ ਤੱਕ ਦੀ ਕਮੀ ਹੈ ਜਿਹੜੀ ਉਹ ਦਰਜ ਕੀਤੀ ਹੈ ਸ਼੍ਰੋਮਿਕ ਕਮੇਟੀ ਦੇ ਪਬਲਿਕੇਸ਼ਨ ਬਿਊਰੋ ਦੇ ਰਿਕਾਰਡ ਦੇ ਵਿੱਚੋਂ 328 ਪਾਵਨਸ ਰੂਪ ਦੀ ਘਟਨਾ ਨੇ ਸਿੱਖ ਸੰਸਥਾ ਦੀ ਸਾਖ ਨੂੰ ਵੱਡੀ ਢਾਲਾਈ ਤੇ ਹੁਣ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਬਣੀ ਹੋਈ ਹੈ ਇਸੇ ਮਸਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਕਮੇਟੀ ਦਾ ਗਠਨ ਕੀਤਾ ਉਸ ਕਮੇਟੀ ਨੇ ਵੀ ਜਿਹੜੀ ਜਾਂਚ ਰਿਪੋਰਟ ਪੇਸ਼ ਕੀਤੀ ਉਸ ਤੋਂ 26 ਸੰਗਤ ਸੰਤੋਸ਼ਟ ਨਹੀਂ ਹੋਈ ਹਾਲੇ ਤੱਕ ਵੀ ਸਵਾਲ ਉਜਿਉਂਦਾ ਤਿਉ ਲੋਕ ਕਰ ਰਹੇ ਨੇ ਸੰਗਤ ਕਰ ਰਹੀ ਹੈ ਕਿ ਆਖਿਰਕਾਰ 328 ਰੂਪ ਨੇ ਜਿਹੜੇ ਉਹ ਗਏ ਕਿੱਥੇ ਨੇ ਤੇ ਇਸੇ ਮਸਲੇ ਦੇ ਵਿੱਚ ਐਸਜੀਪੀਸੀ ਦੇ ਵੱਡੇ ਅਧਿਕਾਰੀਆਂ ਤੱਕ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਸੀ ਰਿਕਾਰਡ ਵਿੱਚੋਂ ਘੱਟੇ ਪਾਵਨ ਸਰੂਪਨ ਦੇ ਵੇਰਵੇ ਮੰਗ ਰਹੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਭਗ 2 ਮਹੀਨੇ ਸਿੱਖ ਸੰਸਥਾ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ ਸਿੱਖ ਸੰਸਥਾ ਦੇ ਮੁੱਖ ਦਫ਼ਤਰ ਦੇ ਗੇਟ ਨੂੰ ਜਿੰਦਾ ਲਾਉਣ ਕਾਰਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਤੇ ਐਸਜੀਪੀਸੀ ਦੇ ਕਰਮਚਾਰੀਆਂ ਦੇ ਵਿਚਾਲੇ ਜਾਂ ਕਹਿ ਲਈਏ ਕਿ ਟਾਸਕ ਫੋਰਸ ਦੇ ਵਿਚਾਲੇ ਹਿੰਸਕ ਝੜਪ ਵੀ ਹੋਈ ਜਿਸ ਨੇ ਸਿੱਖਾਂ ਦੀ ਸਾਖ ਨੂੰ ਢਾਹ ਲਾਈ ਇਸ ਝਗੜੇ ਵਿੱਚ ਦੋਵਾਂ ਤਰ੍ਹਾਂ ਦੇ ਕਈ ਵਿਅਕਤੀ ਜ਼ਖਮੀ ਹੋਏ ਤੇ ਦੋਵਾਂ ਤਰ੍ਹਾਂ ਦੇ ਖਿਲਾਫ ਪੁਲਿਸ ਕੇਸ ਨੇ ਜਿਹੜੇ ਉਹ ਦਰਜ ਹੋਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਸ ਤਰੀਕੇ ਦੇ ਨਾਲ 2016 ਦੀ ਅੰਤਰੀ ਕਮੇਟੀ ਤੇ ਮੌਜੂਦਾ ਅੰਤਰੀ ਕਮੇਟੀ ਨੂੰ ਤਲਬ ਕੀਤਾ ਗਿਆ ਤੇ ਉਹ ਜਿਹੜੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੀਡੀਆ ਦੇ ਜ਼ਰੀਏ ਲਾਈਵ ਦਿਖਾਈ ਗਈ ਉਹ ਵੀ ਸ਼ਾਇਦ ਪੁਰਾਣੇ ਸਮਿਆਂ ਦੀ ਯਾਦ ਦਿਵਾ ਗਈ ਸੀ। ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਜਾਂਚ ਜਿਹੜੀ ਕੀਤੀ ਸੀ ਉਸ ਤੋਂ ਬਾਅਦ ਐਸਜੀਪੀਸੀ ਦੇ 10 ਅਧਿਕਾਰੀ ਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ 5 ਅਧਿਕਾਰੀ ਤੇ ਕਰਮਚਾਰੀ ਨੌਕਰੀ ਤੋਂ ਵੀ ਫਾਰਗ ਕੀਤੇ ਗਏ ਤੇ 5 ਮੁਅਤਲ ਕੀਤੇ ਗਏ ਮੁਖ ਸਕੱਤਰ ਰੂਪ ਸਿੰਘ ਨੇ ਨੈਤਿਕ ਆਧਾਰ ਤੇ ਆਪਣਾ ਅਸਤੀਫਾ ਦਿੱਤਾ ਇੱਕ ਸਾਬਕਾ ਮੁਖ ਸਕੱਤਰ ਹਰਚਰਨ ਸਿੰਘ ਦੀ ਤਣਾਅ ਵਾਲੀ ਸਥਿਤੀ ਦੇ ਚੱਲਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਵੀ ਹੋਈ ਕਰੋਨਾ ਕਾਰਨ ਇਸ ਵਾਰ ਸਿੱਖ ਸ਼ਰਧਾਲੂਆਂ ਦਾ ਸਿਰਫ ਇੱਕ ਹੀ ਜਥਾ ਨਵੰਬਰ ਮਹੀਨੇ ਨੂੰ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਦੁਆਮਾਂ ਦੀ ਯਾਤਰਾ ਲਈ ਗਿਆ April ਦੇ ਵਿੱਚ ਵਿਸਾਖੀ ਮਈ ਜੂਨ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਸਿਰ ਮੌਕੇ ਸਿੱਖ ਸੰਗਤ ਦੇ ਜਥੇ ਪਾਕਿਸਤਾਨ ਦੇ ਗੁਰਦੁਆਮਾਂ ਦੀ ਯਾਤਰਾ ਲਈ ਜਾ ਨਹੀਂ ਸਕੇ ਇਸੇ ਕਰਕੇ ਹੁਣ ਤੱਕ ਮਾਰਚ ਤੋਂ ਜਿਹੜਾ ਬੰਦ ਹੋਇਆ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਮੁੜਕ ਖੋਲਿਆ ਨਹੀਂ ਗਿਆ ਜਦੋਂ ਕਿ ਸਿਕ ਸੰਸਥਾ ਕਈ ਵਾਰ ਇਸ ਲਾਂਗੇ ਨੂੰ ਮੋੜ ਖੋਲਣ ਦੀ ਮੰਗ ਹੈ ਜਿਹੜੀ ਉਹ ਕਰ ਚੁੱਕੀ ਹੈ ਪਰ ਭਾਰਤ ਸਰਕਾਰ ਹਾਲੇ ਤੱਕ ਰਾਜ਼ੀ ਨਹੀਂ ਹੋਈ ਜਦਕਿ ਪਾਕਿਸਤਾਨ ਸਰਕਾਰ ਨੇ ਕਈ ਮਹੀਨੇ ਪਹਿਲਾਂ ਹੀ ਲਾਂਗਾ ਮੋੜ ਤੋਂ ਖੋਲਣ ਦੀ ਪੇਸ਼ਕਸ਼ ਹੈ ਜਿਹੜੀ ਉਹ ਕਰ ਦਿੱਤੀ ਸੀ ਪ੍ਰਾਈਮ ਟਾਈਮ ਦੇ ਵਿੱਚ ਸਾਲ 2020 ਦੇ ਲੇਖੇ ਜੋਖੇ ਦੌਰਾਨ ਗੱਲ ਜ਼ਰੂਰ ਸਿਆਸਤ ਦੀ ਕਰਾਂਗੇ ਕਿਉਂਕਿ ਸਿਆਸਤ ਦੇ ਵਿੱਚ ਵੀ ਕਾਫੀ ਉਥਲ-ਪੁਥਲ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹੜੀ ਉਹ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਹੜਾ ਮਤਾ ਲਿਉਣ ਵਾਲਾ ਬਿੱਲ ਜਿਹੜਾ ਪਾਸ ਕੀਤਾ ਗਿਆ ਉਹੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਅਕਾਲੀ ਦਲ ਜਿਹੜਾ ਉਸ ਨੂੰ ਵੱਡਾ ਗੱਠਜੋੜ ਹੈ ਜਿਹੜਾ ਬਹੁਤ ਹੀ ਪੁਰਾਣਾ ਗੱਠਜੋੜ ਭਾਜੀਪੀ ਦੇ ਨਾਲ ਉਹ ਤੋੜਨਾ ਪੈ ਗਿਆ ਕਿਸਾਨੀ ਸੰਘਰਸ਼ ਕਰਕੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰ ਲਈਏ ਤਾਂ ਵਿਰੋਧੀ ਧਿਰ ਦੀ ਭੂਮਿਕਾ ਸਹੀ ਢੰਗ ਦੇ ਨਾਲ ਆਮ ਆਦਮੀ ਪਾਰਟੀ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ। ਭਾਜਪਾ ਜਿਹੜੀ ਸੱਤਾ ਦੇ ਸੁਪਨੇ ਲੈ ਰਹੀ ਸੀ ਕਿ 2022 ਦੇ ਵਿੱਚ ਸੱਤਾ ਦੇ ਵਿੱਚ ਅਸੀਂ ਆ ਜਾਣਾ ਹੈ, ਪੰਜਾਬ ਦੀ ਸੱਤਾ ਹਥਿਆ ਲੈਣੀ ਹੈ। ਉਹ ਸੁਪਨੇ ਭਾਜਪਾ ਦੇ ਚੱਕਨਾ ਚੂਰ ਜ਼ਰੂਰ ਹੋਏ ਨੇ ਖੇਤੀ ਕਾਨੂੰਨਾਂ ਦੇ ਕਰਕੇ, ਖੇਤੀ ਕਾਨੂੰਨਾਂ ਦੇ ਖਿਲਾਫ ਭਾਜਪਾ ਨੂੰ ਹੁਣ ਤੱਕ ਦਾ ਜਿਹੜਾ ਵਿਰੋਧ ਚੱਲਣਾ ਪਿਆ ਉਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਵਿਰੋਧ ਕਿਹਾ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਵਿਰੋਧ ਕਰ ਰਹੇ ਨੇ ਲਗਾਤਾਰ ਇਹ ਵਿਰੋਧ ਜਾਰੀ ਹੈ ਜੂਨ ਮਹੀਨੇ ਤੋਂ ਸ਼ੁਰੂ ਹੋਇਆ ਵਿਰੋਧ ਹੁਣ ਤੱਕ ਜਾਰੀ ਹੈ ਭਾਜਪਾ ਲੀਡਰਾਂ ਦਾ ਪੰਜਾਬ ਚ ਰਹਿਣਾ ਜਿਹੜਾ ਉਹ ਔਖਾ ਕੀਤਾ ਪਿਆ ਕਿਸਾਨਾਂ ਨੇ ਸੋ ਇਹ ਪੰਜਾਬ ਦੀ ਸਿਆਸਤ ਦੇ ਵੱਖੋ ਵੱਖ ਜਿਹੜੇ ਰੰਗ ਹੈਗੇ ਨੇ ਪਹਿਲਾਂ ਭਾਜਪਾ ਦੀ ਹੀ ਗੱਲ ਕਰ ਲੈਣੇ ਆ ਫਿਰ ਕਾਂਗਰਸ ਦੀ ਗੱਲ ਕਰਾਂਗੇ ਅਕਾਲੀ ਦਲ ਦੀ ਤੇ ਆਮ ਆਦਮੀ ਪਾਰਟੀ ਦੀ ਕਿਉਂਕਿ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਕੇਂਦਰ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਪਾਈ ਵਾਲੀ ਸੀ ਅਕਾਲੀ ਦਲ ਦੇ ਨਾਲੋਂ ਪਰ ਹੁਣ ਇਹ ਪਾਈ ਵਾਲੀ ਟੁੱਟ ਚੁੱਕੀ ਹੈ ਬੀਜੇਪੀ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਦੇ ਨਾਲ ਖਤਮ ਹੁੰਦੀ ਪਾਰਟੀ ਦਿਖਾਈ ਦੇ ਰਹੀ ਹੈ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰ ਲਈਏ ਕਿਸਾਨੀ ਕਾਨੂੰਨਾ ਕਰਕੇ ਖਤਮ ਹੋ ਰਿਹਾ ਜਿਹੜਾ ਸਾਲ 2020 ਹੈ ਇਸ ਪਾਰਟੀ ਦੇ ਲਈ ਜ਼ਿਆਦਾ ਲਾਭਕਾਰੀ ਨਹੀਂ ਰਿਹਾ ਅਕਾਲੀਆਂ ਦੇ ਨਾਲੋਂ ਤੋੜ ਵਿਛੋੜਾ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਖੜਾ ਹੋਇਆ ਜਨ ਅੰਦੋਲਨ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਵੱਡੇ ਸਦਮੇ ਦੇ ਵਾਂਗੂ ਹੈ ਤਾਜ਼ਾ ਹਾਲਾਤ ਜੇ ਦੇਖ ਲਈਏ ਤਾਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਲੈਣ ਵਾਲੀ ਭਾਜਪਾ ਲਈ ਇਸ ਸਾਲ ਪਾਰਲੀਮੈਂਟ ਦੇ ਵੱਲੋਂ ਪਾਸ ਕੀਤੇ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਦੇ ਨਾਲ ਹਾਵੀ ਤੇ ਭਾਰੀ ਪੈਂਦੇ ਦਿਖਾਈ ਦੇ ਰਹੇ ਨੇ ਸ਼ਮਨੀ ਅਕਾਲੀ ਦਲ ਨਾਲ ਤਕਰੀਬਨ ਢਾਈ ਦਹਾਕਿਆਂ ਦੀ ਸਿਆਸੀ ਸਾਂਝ ਤੋੜਨ ਤੋਂ ਬਾਅਦ ਇਹ ਪਾਰਟੀ ਸੂਬੇ ਦੇ ਵਿੱਚ ਆਪਣੇ ਦਮ ਤੇ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰਨ ਦੀਆਂ ਸਕੀਮਾਂ ਘੜ ਹੀ ਰਹੀ ਸੀ ਕਿ ਖੇਤੀ ਕਾਨੂੰਨਾ ਵਿਰੋਧ ਉੱਠੇ ਲੋਕ ਰੋਹ ਨੇ ਪਾਰਟੀ ਦੀਆਂ ਸਾਰੀਆਂ ਗਿਣਤੀਆਂ ਮਿੰਟੀਆਂ ਹਿਲਾ ਕੇ ਰੱਖ ਦਿੱਤੀਆਂ ਨੇ ਹਾਲਾਂਕਿ ਭਾਜਪਾ ਦੇ ਜਿਹੜੇ ਲੀਡਰ ਤਰुण चुਗ ਨੇ ਉਹ ਹਾਲੇ ਵੀ ਇਹ ਕਹਿ ਰਹੇ ਨੇ ਕਿ ਅਸੀਂ 117 ਵਿਧਾਨ ਸਭਾ ਸੀਟਾਂ ਤੇ ਇਕੱਲੇ ਚੋਣ ਲੜਾਂਗੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਸੁਣਨ ਦੇ ਵਿੱਚ ਜ਼ਰੂਰ ਇਹ ਹਾਸੋਹੀਣਾ ਲੱਗਦਾ ਕਿ ਕਿ ਜੋ ਬੀਜੇਪੀ ਦੇ ਹਾਲਾਤ ਇਸ ਵਕਤ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਦੌਰਾਨ ਅਜਿਹੇ ਬਿਆਨ ਦੇਣਾ ਬੀਜੇਪੀ ਦੇ ਲੀਡਰਾਂ ਦੇ ਦਿਮਾਗ ਦਾ ਦਿਵਾਲੀਆਪਨ ਹੀ ਸਾਬਿਤ ਕਰਦੇ ਨੇ ਕਿਉਂਕਿ ਪੈਰ ਪੈਰ ਤੇ ਬੀਜੇਪੀ ਦਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਦਾਖਲੇ ਬੰਦ ਕਰ ਦਿੱਤੇ ਗਏ ਨੇ ਸ਼ਹਿਰਾਂ ਦੇ ਵਿੱਚ ਜਿੱਥੇ ਕਿਤੇ ਮੀਟਿੰਗ ਕਰਨ ਜਾਂਦੇ ਨੇ ਕਿਸਾਨ ਹੋਣ ਨਹੀਂ ਦਿੰਦੇ ਘਰਾਂ ਦੇ ਵਿੱਚ ਬੈਠੇ ਨੇ ਉਹਦੇ ਬਾਹਰ ਵੀ ਕਿਸਾਨਾਂ ਨੇ ਧਰਨੇ ਲਾ ਦਿੱਤੇ ਨੇ ਪਰ ਫਿਰ ਵੀ ਇਹ ਪਾਰਟੀ ਆਪਣੇ ਦਮ ਦੇ ਉੱਤੇ 2022 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਬੀਜਪੀ ਨੇ ਸ਼ਹਿਰੀ ਖੇਤਰ ਤੋਂ ਬਾਅਦ ਦਿਹਾਤੀ ਖੇਤਰ ਦੇ ਵਿੱਚ ਪੈਰ ਜਮਾਉਣ ਦੀ ਰਣਨੀਤੀ ਤੇ ਅਜਿਹਾ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਪਿੰਡੂ ਪਛੋਕੜ ਵਾਲੇ ਕਈ ਆਗੂਆਂ ਨੇ ਹੀ ਪਾਰਟੀ ਤੋਂ ਕਿਨਾਰਾ ਕਰਨਾ ਹੁਣ ਸ਼ੁਰੂ ਕਰ ਦਿੱਤਾ ਹੈ ਅਕਾਲੀਆਂ ਨਾਲ ਸਿਆਸੀ ਸਾਂਝ ਦੇ ਚਲਦਿਆਂ ਬੀਜੇਪੀ ਨੂੰ ਆਮ ਤੌਰ ਤੇ ਸ਼ਹਿਰੀ ਖੇਤਰ ਵਿੱਚਲੇ ਜਨ ਆਧਾਰ ਵਾਲੀ ਰਾਜਸੀ ਜਮਾਤ ਹੀ ਮੰਨਿਆ ਜਾਂਦਾ ਸੀ ਕੇਂਦਰ ਦੇ ਵਿੱਚ 2014 ਤੋਂ ਲੈ ਕੇ ਲਗਾਤਾਰ ਸੱਤਾ ਵਿੱਚ ਹੋਣ ਅਤੇ ਕੇਂਦਰ ਦੇ ਵਿੱਚ ਸ਼ਕਤੀਸ਼ਾਲੀ ਸਰਕਾਰ ਹੋਣ ਦੇ ਦਮਤੇ ਬੀਜੇਪੀ ਨੇ ਪੰਜਾਬ 'ਚ ਆਧਾਰ ਮਜ਼ਬੂਤ ਕਰਨ ਦੀ ਨੀਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਇਸੇ ਨੀਤੀ ਦੇ ਤਹਿਤ ਪਾਰਟੀ ਦੇ ਵੱਲੋਂ ਦਲਿਤ ਅਤੇ ਸ਼ਹਿਰੀ ਵਰਗ ਨਾਲ ਸੰਬੰਧਿਤ ਦੋ ਕੇਂਦਰੀ ਲੀਡਰਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਹੈ ਜਿਹੜਾ ਉਹ ਨਿਯੁਕਤ ਕੀਤਾ ਗਿਆ ਇਸ ਦੇ ਨਾਲ ਹੀ ਸਿੱਖਾਂ ਨੂੰ ਨੁਮਾਇੰਦਗੀ ਦੇ ਕੇ ਸਿੱਖ ਮਨ ਮੋਹ ਲੈਣ ਦੇ ਯਤਨ ਵੀ ਕੀਤੇ ਗਏ ਪਰ ਖੇਤੀ ਕਾਨੂੰਨ ਜਿਹੜੇ ਬੀਜੇਪੀ ਸਰਕਾਰ ਨੇ ਪਾਸ ਕੀਤੇ ਨੇ ਉਸ ਦੇ ਕਾਰਨ ਬੀਜੇਪੀ ਨੂੰ ਇਸ ਅੰਦੋਲਨ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਰੋਧ ਦਾ ਭਿਆਨਕ ਸਾਹਮਣਾ ਕਰਨਾ ਪਿਆ ਪਰ ਹਾਲੇ ਵੀ ਬੀਜੇਪੀ ਦੇ ਲੀਡਰ ਜਿਹੜੇ ਪੰਜਾਬ ਦੇ ਵਿੱਚੋਂ ਲਗਾਤਾਰ ਆਪਣੀ ਸਾਖ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਪਰ ਉਹਨਾਂ ਦਾ ਵਿਰੋਧ ਹੈ ਜਿਹੜਾ ਉਹ ਪੈਰ ਪੈਰ ਤੇ ਹੋ ਰਿਹਾ ਹੈ ਕੇਂਦਰ ਦੇ ਵਿੱਚ ਲਗਾਤਾਰ ਦੂਸਰੀ ਵਾਰੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਸਰਕਾਰ ਬਣਾਉਣ ਦੇ ਬਾਵਜੂਦ ਬੀਜੇਪੀ 2019 ਦੇ ਵਿੱਚ ਪਾਰਟੀ ਨੂੰ ਪੈਰਾਂ ਸਿਰ ਪੰਜਾਬ ਦੇ ਵਿੱਚ ਖੜੀ ਨਹੀਂ ਕਰ ਸਕੀ ਕੌਮੀ ਪੱਧਰ ਤੇ ਵੱਡੀ ਪਾਰਟੀ ਸਥਾਪਿਤ ਹੋਣ ਤੋਂ ਬਾਅਦ ਅੱਜ ਵੀ ਭਾਜਪਾ ਦਾ ਅਕਸ ਅਕਾਲੀਆਂ ਦੀ ਪਿਛਲਗ ਪਾਰਟੀ ਵਾਲਾ ਹੀ ਪੰਜਾਬ ਦੇ ਵਿੱਚ ਬਣਿਆ ਰਿਹਾ ਹੈ ਸੰਸਦੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੇ ਵਿਵਹਾਰ ਦੇ ਵਿੱਚ ਜੇਕਰ ਕੋਈ ਤਬਦੀਲੀ ਆਈ ਤਾਂ ਉਹ ਇਹ ਸੀ ਕਿ ਪਾਰਟੀ ਦੇ ਜ਼ਿਆਦਾਤਰ ਲੀਡਰਾਂ ਵੱਲੋਂ ਇੱਕ ਸੁਰ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਭਾਜਪਾ ਆਪਣੇ ਦਮ ਦੇ ਉੱਤੇ ਚੋਣਾਂ ਲੜੇਗੀ ਪਰ ਇਸ ਵਕਤ ਹਾਲਾਤ ਇਹ ਨੇ ਕਿ ਜੇ ਅੱਜ ਚੋਣਾ ਕਰਵਾਈਆਂ ਜਾਂਦੀਆਂ ਨੇ ਤਾਂ ਬੀਜੇਪੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਪੰਜਾਬ ਦੇ ਵਿੱਚ ਸ਼ਾਇਦ ਜ਼ਬਤ ਹੋਣਗੀਆਂ 2020 ਦਾ ਪਹਿਲਾ 10 ਸਾਲ ਤੱਕ ਕੋਵਿਡ ਦੀ ਭੇਂਟ ਚੜ ਗਿਆ। ਬਾਕੀ ਸਮਾਂ ਕਾਂਗਰਸ ਨੇ ਖੇਤੀ ਕਾਨੂੰਨ ਖਿਲਾਫ ਮੋਰਚਾ ਖੋਲ੍ਹਿਆ। ਚਾਲੂਵਰੇ ਦੇ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਹੀ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਸੀ। ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਤੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕੰਮ ਕੀਤਾ। ਕਈ ਮੌਕਿਆਂ ਦੇ ਉੱਤੇ ਪਾਰਟੀ ਵਿਧਾਇਕਾਂ ਤੇ ਵਜ਼ੀਰਾਂ ਦੀ ਮਦਦ ਵੀ ਲਈ ਗਈ। ਕਾਂਗਰਸ ਹਾਈ ਕਮਾਂਡ ਨੇ ਵੀ ਪਹਿਲਾਂ ਤਾਂ ਪਾਰਟੀ ਦੇ ਢਾਂਚੇ ਦਾ ਐਲਾਨ ਕੋਵਿਡ ਦੀ ਅਲਾਮਤ ਕਰਕੇ ਟਾਲ ਦਿੱਤਾ ਤੇ ਜਦੋਂ ਜਥੇਬੰਦਕ ਢਾਂਚੇ ਲਈ ਵਿਰੋਧੀ ਧਿਰਾਂ ਦੇ ਹੱਲੇ ਖਿਲਾਫ ਪਾਰਟੀ ਦੇ ਵਿਧਾਇਕਾਂ ਤੇ ਵਜ਼ੀਰਾਂ ਨੇ ਹੀ ਟੱਕਰਾਂ ਕੀਤਾ। ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜੂ ਕਾਫੀ ਭਾਜਨਾਟ ਕਰਦੇ ਇਸ ਦਰਮਿਆਨ ਨਜ਼ਰ ਆਏ ਤੇ ਖੇਤੀ ਕਾਨੂੰਨਾਂ ਸੰਬੰਧੀ ਪਾਰਟੀ ਦੀ ਮੁੱਖ ਪ੍ਰਾਪਤੀ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦ ਕੇ ਕੇਂਦਰ ਵੱਲੋਂ ਬਣਾਏ ਤਿੰਨੇ ਕਾਨੂੰਨਾਂ ਦੇ ਵਿਰੁੱਧ ਸੂਬੇ ਦੇ ਬਦਲਵੇਂ ਕਾਨੂੰਨ ਬਣਾਉਣਾ ਸੀ। ਹਾਲਾਂਕਿ ਇਹਨਾਂ ਨੂੰ ਕਾਨੂੰਨਾਂ ਦੇ ਵਿੱਚ ਸੋਧ ਹੀ ਮੰਨਿਆ ਗਿਆ। ਇਹ ਉਹ ਸਮਾਂ ਸੀ ਜਦੋਂ ਕੈਪਟਨ ਮੁਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਕਰ ਲਿਆ ਸੀ। 117 ਦੇ ਵਿੱਚੋਂ ਦੋ ਭਾਜਪਾ ਦੇ ਜਿਹੜੇ ਵਿਧਾਇਕ ਨੇ ਉਹ ਸਿਰਫ ਉਹਨਾਂ ਦੇ ਨਾਲ ਨਹੀਂ ਸੀਗੇ। ਬਾਕੀ ਜਿਹੜੇ ਕਾਲੇ ਦਲ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਸਾਰੇ ਵਿਧਾਇਕ ਇਕੱਠੇ ਹੋ ਗਏ ਸੀ। ਉਹ ਵੀ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਸ਼ਾਇਦ ਇੱਕ ਦਿਨ ਹੈ ਜਿਹੜਾ ਉਹ ਗਿਣਿਆ ਜਾਏਗਾ। ਹਾਲਾਂਕਿ ਬਾਅਦ 'ਚ ਫਿਰ ਦੂਸਰੇ ਦਿਨ ਹੀ ਸਾਰੇ ਵੱਖ-ਵੱਖ ਹੋਣੇ ਸ਼ੁਰੂ ਹੋ ਗਏ ਸੀ। ਕਾਂਗਰਸ ਦੇ ਵਿਧਾਇਕ ਤੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਰਹੇ ਇਹ ਪ੍ਰਾਪਤੀ ਰਹੀ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਇਸ ਸਾਲ ਵਿੱਚ ਨੇੜਤਾ ਬਣੀ ਹੈ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਸ਼ੁਰੂ ਹੋਇਆ ਉਸੇ ਸਮੇਂ ਦਰਮਿਆਨ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਜਿਹੜੇ ਆਲਾ ਕਮਾਨ ਹੈ ਵੱਡੇ ਲੀਡਰ ਨੇ ਉਹ ਮੋੜ ਤੋਂ ਕਾਂਗਰਸ ਪੰਜਾਬ ਦੇ ਵਿੱਚ ਇੱਕ ਇੱਕ ਬਹੁਤ ਹੀ ਐਕਟਿਵ ਤਰੀਕੇ ਦੇ ਨਾਲ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਖੇਤੀ ਕਾਨੂੰਨਾਂ ਦੇ ਚੱਲ ਰਹੇ ਵਿਰੋਧ ਦੇ ਕਾਰਨ ਨਵਜੋਤ ਸਿੱਧੂ ਦੀ ਉਸ ਤਰੀਕੇ ਦੇ ਨਾਲ ਜ਼ੋਰਦਾਰ ਵਾਪਸੀ ਦਾ ਜਿਹੜਾ ਸਮਾਂ ਹੈ ਉਹ ਥੋੜਾ ਟਲਿਆ ਹੋਇਆ ਹੈ ਪੰਜਾਬ ਕਾਂਗਰਸ ਦੇ ਵਿੱਚ 220 ਦੇ ਵਿੱਚ ਰਾਸਵਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਐਮਪੀ ਸ਼ਮਸ਼ੇਰ ਸਿੰਘ ਦੁੱਲੂ ਦੇ ਨਾਲ ਵੀ ਖਟਾਸ ਬਣੀ ਰਹੀ ਤੇ ਵੱਡਾ ਕਾਰਨ ਬਣਿਆ ਸ਼ਰਾਬ ਮਾਫੀਆ ਪੰਜਾਬ ਦੇ ਵਿੱਚ ਮਾਫੀਆ ਦੇ ਬੋਲਬਾਲੇ ਕਰਕੇ ਪੰਜਾਬ ਸਰਕਾਰ ਤੋਂ ਇਲਾਵਾ ਕਾਂਗਰਸ ਨੂੰ ਵੀ ਕਟਾਰੇ ਦੇ ਵਿੱਚ ਖੜਾ ਹੋਣਾ ਪਿਆ ਮਾਜੇ ਵਿੱਚ ਸ਼ਰਾਬ ਮਾਫੀਆ ਕਾਰਨ ਸੈਂਕੜੇ ਜਾਨਾਂ ਚਲੀਆਂ ਗਈਆਂ ਜਿਸ ਤੋਂ ਬਾਅਦ ਕਾਂਗਰਸ ਵੀ ਨਿਸ਼ਾਨੇ ਤੇ ਆਈ ਤੇ ਉਸ ਤੋਂ ਬਾਅਦ ਹੀ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੂ ਨੇ ਮਾਫੀਆ ਦੇ ਮਾਮਲੇ ਤੇ ਆਪਣੇ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖੁੱਲ ਕੇ ਮੁੱਖ ਮੰਤਰੀ ਦੀ ਪਿੱਠ ਤੇ ਆਗੇ ਸੀ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਕਾਂਗਰਸ ਨੇ ਦਿਵਾਲੀ ਤੋਂ ਬਾਅਦ ਦਿੱਲੀ ਦੇ ਵਿੱਚ ਰੈਗੂਲਰ ਧਰਨੇ ਦਾ ਐਲਾਨ ਕੀਤਾ ਸੀ ਪਰ ਇਹ ਸ਼ੁਰੂ ਨਹੀਂ ਹੋ ਸਕਿਆ ਸੀ ਹੁਣ ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਜੰਤਰ ਮੰਤਰ ਦੇ ਵਿੱਚ ਧਰਨਾ ਸ਼ੁਰੂ ਕੀਤਾ ਗਿਆ ਜਿਹੜਾ ਲਗਾਤਾਰ ਜਾਰੀ ਹੈ ਜ਼ਿਲ੍ਹਾ ਤੇ ਬਲਾਕ ਪਦਰੀ ਟਾਂਚਾ ਨਾ ਹੁਣ ਕਰਕੇ ਕਾਂਗਰਸੀ ਵਰਕਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ ਹੈ ਸਰਕਾਰੀ ਦਰਬਾਰੇ ਵੀ ਕਾਂਗਰਸੀ ਵਰਕਰਾਂ ਨੂੰ ਅਫਸਰ ਸ਼ਾਹੀ ਨੇ ਥੜੇ ਨੀ ਚੜਨ ਦਿੱਤਾ ਪੂਰਾ ਸਾਲ ਪੰਜਾਬ ਦੇ ਵਿੱਚ ਅਫਸਰ ਸ਼ਾਹੀ ਭਾਰੂ ਹੋਣ ਦਾ ਰੌਲਾ ਪੈਂਦਾ ਰਿਹਾ ਪਰ ਕਾਂਗਰਸੀ ਵਰਕਰਾਂ ਦੀ ਥਾਂ ਜਿੱਤ ਅਫਸਰ ਸ਼ਾਹੀ ਦੀ ਹੀ ਹੋਈ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਯੂਥ ਕਾਂਗਰਸ ਨੇ ਧਰਨੇ ਮੁਜ਼ਾਹਰੇ ਕੀਤੇ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਾਇਸ਼ ਦਾ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਵਿਰੋਧ ਕਰਕੇ ਪਿੱਛੇ ਹਟਣਾ ਪਿਆ ਉਸਾਲ 2020 ਦਾ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦਾ ਲੇਖਾ ਜੋਖਾ ਜਿਹੜਾ ਇਹ ਕਹਿ ਸਕਦੇ ਆ ਤੇ ਹੁਣ ਕਾਂਗਰਸ ਸਰਕਾਰ ਦਾ ਮਹਿਜ਼ ਸਵਾ ਕੁਸਾਲ ਬਚਿਆ ਹੈ ਕਿਉਂਕਿ 2022 ਦੇ ਵਿੱਚ ਮੁੜ ਤੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣ ਹੈ ਜਿਹੜੀ ਉਹ ਆ ਰਹੀ ਹੈ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਤਰਲੂ ਮੱਛੀ ਹੋ ਰਹੀਆਂ ਨੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਐ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਣੇ ਹੋਏ ਪੂਰੇ 100 ਸਾਲ ਬੀਤ ਗਏ ਨੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਨੂੰ ਸਮਰਪਿਤ ਹੋਣ ਕਰਕੇ ਇਸ ਵਾਰ ਸਥਾਪਨਾ ਦਿਵਸ ਵੱਡੇ ਪੱਧਰ ਤੇ ਨਹੀਂ ਮਨਾਇਆ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਸਾਨਾਂ ਦਾ ਜਿਹੜਾ ਸੰਘਰਸ਼ ਖਤਮ ਹੋਣ ਤੋਂ ਬਾਅਦ ਹੀ ਅਗਲਾ ਪ੍ਰੋਗਰਾਮ ਉਲੀਕਣ ਦਾ ਐਲਾਨ ਹੈ ਜਿਹੜਾ ਕੀਤਾ ਗਿਆ ਪੰਜਾਬ ਦੀ ਸੱਤਾ ਤੇ ਲਗਾਤਾਰ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ ਅਕਾਲੀ ਦਲ ਦਾ 2017 ਦੇ ਵਿੱਚ ਸੱਤਾਹੀਣ ਹੋਣ ਤੋਂ ਬਾਅਦ ਸਿਆਸੀ ਤੌਰ ਤੇ ਪੈਰ ਉਖੜਨ ਦਾ ਜੋ ਦੌਰ ਸ਼ੁਰੂ ਹੋਇਆ ਸੀ ਉਸ ਤੋਂ ਹਾਲੇ ਪਾਰਟੀ ਨੂੰ ਕੋਈ ਖਾਸ ਰਾਹਤ ਹੈ ਜਿਹੜੀ ਨਹੀਂ ਮਿਲੀ 2020 ਇਸ ਪਾਰਟੀ ਲਈ ਵੀ ਬੇहद ਅਹਿਮ ਰਹਾ। ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦਾ ਇਹ ਸ਼ਤਾਬਦੀਵਰੀ ਹੈ। ਇਸ ਨੂੰ ਦੁਖਾਂਤੀ ਕਿਹਾ ਜਾ ਸਕਦਾ ਹੈ ਕਿ ਸ਼ਤਾਬਦੀਵਰੀ ਦੌਰਾਨ ਅਕਾਲੀ ਦਲ ਚੜਤੀ ਕਲਾ ਦੇ ਵਿੱਚ ਨਹੀਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਤਾਬਦੀਵਰੀ ਦੌਰਾਨ ਵਰਤਮਾਨ ਚੁਣੌਤੀਆਂ ਦੇ ਨਾਲ ਨਜਿੱਠਣਾ ਹੀ ਅਕਾਲੀ ਦਲ ਲਈ ਵੱਡਾ ਸੰਕਟ ਹੈ ਕਿਉਂਕਿ 1 ਸਾਲ ਬਾਅਦ ਵਿਧਾਨ ਸਭਾ ਚੋਣਾਂ ਵੀ ਆਉਣ ਵਾਲੀਆਂ ਨੇ। ਇਸ ਸਾਲ ਦੀਆਂ ਜੇਕਰ ਵੱਡੀਆਂ ਘਟਨਾਵਾਂ ਤੇ ਨਜ਼ਰ ਮਾਰੀਏ ਤਾਂ ਉਹਨਾਂ ਵਿੱਚ ਪਾਰਟੀ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੱਖ ਹੋ ਕੇ ਆਪਣਾ ਵੱਖਰਾ ਅਕਾਲੀ ਦਲ ਕਾਇਮ ਕਰਨਾ ਅਕਾਲੀ ਦਲ ਦਾ ਕੌਮੀ ਜਮਹੂਰੀ ਗਠਜੋੜ ਯਾਨੀ ਕਿ ਐਨਡੀਓ ਚੋਂ ਬਾਹਰ ਆਉਣਾ ਤੇ ਮੋਦੀ ਸਰਕਾਰ ਵਿੱਚ ਪਾਰਟੀ ਦੀ ਇਕਲੌਤੀ ਮੰਤਰੀ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਅਸਤੀਫਾ ਦੇਣਾ ਸ਼ਾਮਲ ਨੇ ਕਰੋਨਾ ਦੇ ਕਹਿਰ ਕਰਕੇ ਭਾਵੇਂ ਸਿਆਸਤ ਸਮੇਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਗ੍ਰੈਂਡ ਲੱਗਿਆ ਰਿਹਾ ਪਰ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਸਾਹਮਣੇ ਆਏ ਕਈ ਵੱਡੇ ਮਾਮਲੇ ਇੱਕ ਤਾਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣੀਆਂ ਸ਼ਰਾਬ ਦੀਆਂ ਨਕਲੀ ਫੈਕਟਰੀਆਂ ਵਜ਼ੀਫਾ ਘਟਾਲਾ ਇਹਨਾਂ ਮੁੱਦਿਆਂ ਤੇ ਕੈਪਟਨ ਸਰਕਾਰ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦਾ ਸਿਆਸੀ ਮੁੱਲ ਵਟਣ ਦੇ ਵਿੱਚ ਅਕਾਲੀ ਵੀ ਸ ਨਹੀਂ ਹੋ ਸਕੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਪਲੈਨਿੰਗ ਹੋਏਗੀ ਕਿ ਇਸ ਸਾਲ ਦੇ ਅੰਤ ਦੇ ਵਿੱਚ ਦਸੰਬਰ ਦੇ ਵਿੱਚ ਜਦੋਂ ਸ਼ਤਾਬਦੀ ਆਉਣੀ ਸੀ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਆਉਣੇ ਸੀ ਤਾਂ ਇਸ ਮੌਕੇ ਇੱਕ ਵੱਡਾ ਪ੍ਰੋਗਰਾਮ ਕਰਕੇ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨੂੰ ਆਪਣੇ ਨਾਲ ਬੰਨਣ ਦੀ ਕੋਸ਼ਿਸ਼ ਵਿੱਚ ਹੋਵੇ ਪਰ ਕਿਸਾਨੀ ਸੰਘਰਸ਼ ਕਾਰਨ ਅਕਾਲੀ ਦਲ ਦੀ ਵੀ ਇਹ ਪਲੈਨਿੰਗ ਧਰੀ ਧਰਾਈ ਸ਼ਾਇਦ ਰਹਿ ਗਈ ਹੋਵੇ ਗੁਰਦੁਆਰਾ ਸੁਧਾਰਚੋਂ ਨਿਕਲੇ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡਾ ਸੰਕਟ ਇਹੀ ਹੈ ਕਿ ਗੁਰੂ ਘਰਾਂ ਦੀ ਰਾਖੀ ਲਈ ਕਾਇਮ ਹੋਈ ਇਸ ਪਾਰਟੀ ਦੇ ਆਗੂਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲੱਗੇ ਇਹ ਦੋਸ਼ ਅਕਾਲੀਆਂ ਉੱਤੇ ਸੱਤਾਧਾਰੀ ਹੁੰਦਿਆਂ ਲੱਗੇ ਸੀ ਜੋ ਹੁਣ ਤੱਕ ਇਹਨਾਂ ਦਾ ਪਿੱਛਾ ਨਹੀਂ ਛੱਡ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੋਗਦਾਨ ਦੀ ਗੱਲ ਕਰ ਲਈਏ ਤਾਂ ਜਦੋਂ 2020 ਜੂਨ ਮਹੀਨੇ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਇਹ ਕਾਨੂੰਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੇਂਦਰ ਦੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਥਾਂ ਇਹਦੇ ਝੰਡਾ ਬਰਦਾਰ ਬਣ ਗਏ ਸੀ ਪਰ ਜਦੋਂ ਕਿਸਾਨੀ ਅੰਦੋਲਨ ਸਿਖਰ ਤੱਕ ਪਹੁੰਚ ਗਿਆ ਤੇ ਅਕਾਲੀ ਦਲ ਨੂੰ ਆਪਣਾ ਵੋਟ ਬੈਂਕ ਟੁੱਟਦਾ ਦਿਖਾਈ ਦੇਣ ਲੱਗਿਆ ਤਾਂ ਕੇਂਦਰੀ ਬਜ਼ਾਰਤ ਦੇ ਵਿੱਚੋਂ ਅਸਤੀਫਾ ਦੇ ਕੇ ਅਕਾਲੀ ਦਲ ਨੇ ਕਿਸਾਨਾਂ ਦੀ ਹਮਾਇਤੀ ਪਾਰਟੀ ਬਣਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਹਾਲੇ ਤੱਕ ਕਿਸਾਨ ਇਸ ਪਾਰਟੀ ਦੇ ਲੀਡਰਾਂ ਦੇ ਉੱਤੇ ਯਕੀਨ ਨਹੀਂ ਕਰ ਰਹੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਬਜ਼ਾਰਤ ਛੱਡਣੀ ਪਈ ਅਕਾਲੀ ਦਲ ਨੂੰ ਆਪਣਾ ਗੱਠ ਜੋੜ ਵੀ ਤੋੜਨਾ ਪਿਆ باوجود ਇਸ ਦੇ ਕਿਸਾਨ ਹਾਲੇ ਤੱਕ ਅਕਾਲੀ ਦਲ ਤੇ ਭਰੋਸਾ ਨਹੀਂ ਕਰ پا ਰਹੇ ਤੇ ਇਹ ਵੀ 2020 ਦੇ ਵਿੱਚ ਸਾਫ ਤੌਰ ਤੇ ਦਿਖ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 2017 ਤੋਂ ਬਾਅਦ ਜਿਵੇਂ ਆਪਣੀਆਂ ਸਰਗਰਮੀਆਂ ਘਟਾਰੇ ਸੀ ਤਾਂ ਇਸ ਸਾਲ ਵਿੱਚ ਤਾਂ ਬਿਲਕੁਲ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਗਤੀਵਿਧੀਆਂ ਸੀਮਿਤ ਹੋ ਕੇ ਰਹਿ ਗਈਆਂ ਨੇ ਪਾਰਟੀ ਦੀ ਸਾਰੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ ਵਿਕਰਮ ਸਿੰਘ ਮਜੀਠੀਆ ਵੀ ਇਸ ਪਾਰਟੀ ਨੂੰ ਲੀਡ ਕਰਦੇ ਦਿਖਾਈ ਦਿੰਦੇ ਨੇ ਸੋ ਸਾਬਿਤ ਹੁੰਦਾ ਹੈ ਕਿ ਸਿੱਖ ਸੰਘਰਸ਼ ਤੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਲੱਖਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਭਾਰਤ ਦੀ ਦੂਸਰੇ ਨੰਬਰ ਤੇ ਸਭ ਤੋਂ ਪੁਰਾਣੀ ਮੰਨੀ ਜਾਂਦੀ ਪਾਰਟੀ 100 ਸਾਲ ਬਾਅਦ ਇੱਕ ਪਰਿਵਾਰ ਦੇ ਦੁਆਲੇ ਹੀ ਸੀਮਿਤ ਹੋ ਕੇ ਰਹਿ ਗਈ ਹੈ ਹੁਣ ਜਾਂਦੇ ਜਾਂਦੇ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲੈਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸ ਜ਼ਰੂਰ ਸਿਰਜਿਆ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੂਸਰੀ ਸਭ ਤੋਂ ਵੱਡੀ ਪਾਰਟੀ ਬਣੀ ਹੈ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਆਮ ਆਦਮੀ ਪਾਰਟੀ 2020 ਦੇ ਵਿੱਚ ਕੁਝ ਖਾਸ ਚੰਗੀ ਕਾਰਗੁਜ਼ਾਰੀ ਨਹੀਂ ਕਰ ਸકી ਹਾਲਾਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ 2017 ਵਿੱਚ ਸੱਤਾ ਤੋਂ ਖੁੰਝੀ ਆਮ ਆਦਮੀ ਪਾਰਟੀ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੇਂਦਰੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿੱਚ ਹਮਦਰਦੀ ਬਟੌਰਨ ਦੇ ਰੌਂ ਦੇ ਵਿੱਚ ਹੈ ਪਰ ਕਿਸਾਨ ਜਥੇਬੰਦੀਆਂ ਨੇ ਸਿਆਸੀ ਆਗੂਆਂ ਨੂੰ ਨੇੜੇ ਨਹੀਂ ਟੁੱਕਣ ਦਿੱਤਾ ਚਾਹੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਫਿਰ ਬੀਜੇਪੀ ਕਿਸਾਨ ਕਿਸੇ ਨੂੰ ਵੀ ਮੂੰਹ ਨਹੀਂ ਲਾ ਰਹੇ ਇਸ ਕਰਕੇ ਆਮ ਆਦਮੀ ਪਾਰਟੀ ਵੀ ਗੁਆਚੀ-ਗੁਆਚੀ ਫਿਰ ਰਹੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਵੀ ਸਾਰੇ ਲੀਡਰ ਭਗਵੰਤ ਮਾਨ ਸਮੇਤ ਸਾਰੇ ਕਿਸਾਨਾਂ ਦੀ ਹਮਦਰਦੀ ਵਟੋਰਨ ਦੀ ਪੂਰੀ ਕੋਸ਼ਿਸ਼ ਤੇ ਵਿੱਚ ਨੇ ਉਹਨਾਂ ਦੇ ਲਈ ਸਹੂਲਤਾਂ ਦਾ ਐਲਾਨ ਕਰ ਰਹੇ ਨੇ ਧਰਨਿਆਂ ਦੇ ਵਿੱਚ ਜਾ ਰਹੇ ਨੇ ਪਰ ਫਿਰ ਵੀ ਕਿਸਾਨ ਨੇ ਜਿਹੜੇ ਉਹ ਕਿਸੇ ਵੀ ਲੀਡਰ ਨੂੰ ਮੂੰਹ ਨਹੀਂ ਲਾ ਰਹੇ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਦੇ ਵਜੋਂ ਕਾਬਜ਼ ਇਸ ਪਾਰਟੀ ਵੱਲੋਂ ਸ਼ੁਰੂਆਤੀ ਦੌਰ ਵਿੱਚ ਤਾਂ ਵਿਰੋਧੀ ਧਿਰ ਦੀ ਭੂਮਿਕਾ ਬਖੂਬੀ ਨਿਭਾਈ ਗਈ ਪਰ ਸਮੇਂ ਦੇ ਨਾਲ ਨਾਲ ਇਹ ਵੀ ਵਿਰੋਧੀ ਧਿਰ ਦੇ ਕਾਰਜ ਤੋਂ ਦੂਰ ਜਾ ਚੁੱਕੀ ਦਿਖ ਰਹੀ ਹੈ ਤਾਲਾਬੰਦੀ ਦੌਰਾਨ ਕਈ ਵੱਡੇ ਦੇ ਕੱਪਲੇ ਸਾਹਮਣੇ ਆਏ ਸਕਾਲਰਸ਼ਿਪ ਸਕੀਮ ਘੁਟਾਲਾ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਫੜੇ ਜਾਣਾ ਤੇ ਰੇਤ ਮਾਫੀਆ ਪਰ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਪਾਰਟੀ ਧਰਨੇ ਦੇਣ ਤੋਂ ਸੂਬਾ ਸਰਕਾਰ ਦੀ ਧਰਨੇ ਦੇਣ ਤੋਂ ਇਲਾਵਾ ਸੂਬਾ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਬਣਾ ਸਕੇ ਵਿਰੋਧੀ ਧਿਰ ਦਾ ਕੰਮ ਸੂਬੇ ਵਿੱਚ ਰਹਿੰਦੇ ਵਿਕਾਸ ਦੇ ਮੁੱਦਿਆਂ ਨੂੰ ਚੁੱਕਣਾ ਹੁੰਦਾ ਹੈ ਔਰ ਉਹ ਵੀ ਵੱਡੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਪਰ ਮੌਜੂਦਾ ਸਮੇਂ ਵਿਰੋਧੀ ਧਿਰ ਸਿਰਫ ਪ੍ਰੈਸ ਬਿਆਨ ਜਾਰੀ ਕਰਨ ਤੋਂ ਸਿਵਾਏ ਕੁਝ ਕਰਦੀ ਦਿਖਾਈ ਨਹੀਂ ਦੇ ਰਹੀ ਬਿਜਲੀ ਦੇ ਮੁੱਲ 'ਚ ਕਈ ਵਾਰ ਵਾਅਦਾ ਕੀਤਾ ਗਿਆ ਪੰਜਾਬ 'ਚ ਪਰ ਪਾਰਟੀ ਵੱਲੋਂ ਇੱਕ ਦੋ ਵਾਰੀ ਰੋਸ ਪ੍ਰਦਰਸ਼ਨ ਕਰਕੇ ਚੁੱਪੀ ਵਟ ਲਈ ਗਈ। ਕੋਰੋਨਾ ਵਾਇਰਸ ਦੌਰਾਨ ਸੂਬੇ ਦੇ ਪਿੰਡ-ਪਿੰਡ ਤੱਕ ਆਕਸੀਮੀਟਰ ਪਹੁੰਚਾਉਣ ਲਈ ਚਲਾਈ ਗਈ ਮੁਹਿੰਮ ਵੀ ਇਹਨਾਂ ਦੀ ਕਾਮਯਾਬ ਨਹੀਂ ਹੋ ਸਕੀ। ਆਪ ਵੱਲੋਂ ਲੋਕ ਮੁੱਦਿਆਂ ਨੂੰ ਚੁੱਕਣ ਲਈ ਆਪ ਆਰਮੀ ਬਣਾਏ ਗਏ ਜਿਸ ਨੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਉਦਮ ਸਿੰਘ, ਲਾਲਾ ਲਾਜਪਤਰਾਏ, ਗਦਰੀ ਬਾਬਿਆਂ ਆਦ ਮਹਾਨ ਯੋਧਿਆਂ ਤੇ ਸੂਰਬੀਰਾਂ ਦੇ ਰਾਹ ਤੇ ਚੱਲਦੇ ਆਂ ਸੂਬੇ ਨੂੰ ਵਿਕਾਸ ਦੇ ਰਾਹ ਤੇ ਕੰਮ ਤੋਰਨ ਦਾ ਕੰਮ ਕਰ ਪਰ ਇਹ ਆਪ ਆਦਮੀ ਦੀ ਆਰਮੀ ਵੀ ਕੁਝ ਦਿਨਾਂ ਬਾਅਦ ਗਾਇਬ ਹੋ ਗਈ ਸੀ ਅੱਜ ਕਿਸੇ ਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਦੀ ਇਹ ਆਰਮੀ ਕਿੱਥੇ ਹੈ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਮਾਮਲੇ ਦੇ ਇੰਚਾਰਜ ਜਰਨੈਲ ਸਿੰਘ ਵੀ ਪਾਰਟੀ ਦੇ ਵਿਸਥਾਰ ਨੂੰ ਲੈ ਕੇ ਕੋਈ ਬਹੁਤਾ ਚੰਗਾ ਕੰਮ ਨਹੀਂ ਕਰ ਸਕੇ। ਉਹਨਾਂ ਦੇ ਵੱਲੋਂ ਸੂਬੇ ਦੇ ਵਿੱਚ ਸਾਲ ਭਰ ਦੇ ਵਿੱਚ ਕੋਈ ਵਿਸ਼ੇਸ਼ ਮੀਟਿੰਗਾਂ ਨਹੀਂ ਕੀਤੀਆਂ ਜਾ ਸਕੀਆਂ ਤੇ ਪਾਰਟੀ ਦੇ ਹੋਰ ਵੀ ਸੂਬਾ ਪਧਰੀ ਅਹੁਦੇਦਾਰ ਵੀ ਕੋਈ ਸਰਗਰਮ ਭੂਮਿਕਾ ਨਿਭਾਉਂਦੇ ਨਹੀਂ ਦਿਖਾਈ ਦਿੱਤੇ। ਇਹ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਆਇਆ ਕਿ ਪਾਰਟੀ ਵੱਲੋਂ ਜਿੱਤੇ ਹੋਏ ਵਿਧਾਇਕ ਵੀ ਆਪਣੇ ਹਲਕੇ ਦੇ ਲੋਕਾਂ ਵਿੱਚ ਬਹੁਤਾ ਸਮਾਂ ਨਹੀਂ ਗੁਜ਼ਾਰਦੇ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਰੋਸ ਹੈ। ਇਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੀ ਕਮਾਨ ਦਿੱਲੀ ਬੈਠੇ ਆਗੂਆਂ ਦੇ ਹੱਥ ਹੈ ਜਿਨ੍ਹਾਂ ਦੇ ਇਸ਼ਾਰੇ ਤੇ ਹੀ ਰਹੀ ਨੇ ਇਹ ਚਰਚਾ ਚੱਲਦੀ ਰਹਿੰਦੀ ਹੈ 2020 ਦੇ ਵਿੱਚ ਪਾਰਟੀ ਲਈ ਇੱਕ ਵਧੀਆ ਗੱਲ ਇਹ ਰਹੀ ਕਿ ਪਾਰਟੀ ਤੋਂ ਨਾਰਾਜ਼ ਹੋ ਕੇ ਵੱਖ ਹੋਏ ਦੋ ਵਿਧਾਇਕ ਮੁੜ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਦੇ ਨਾਮ ਅਮਰਜੀਤ ਸਿੰਘ ਸੰਦੋਆ ਤੇ ਜਗਤਾਰ ਸਿੰਘ ਜੱਗਾ ਨੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਅਜੇ ਲਿਬੜਾ ਦਸੂਆ ਤੋਂ ਘੁੰਮਣ ਪਰਵਾਰ ਪਠਾਨਕੋਟ ਤੋਂ ਕਟਾਰੂ ਚੱਕ ਸਣੇ ਹੋਰ ਸਿਆਸੀ ਲੀਡਰ ਵੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੁਖਪਾਲ ਸਿੰਘ ਖੈਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਤੋਂ ਬਾਅਦ ਖੈਰਾ ਨੇ ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਕੇ 2019 ਜਨਵਰੀ ਦੇ ਵਿੱਚ ਪੰਜਾਬ ਇਕਤਾ ਪਾਰਟੀ ਬਣਾਈ ਸੀ ਤੇ ਇਹ ਪਾਰਟੀ ਵੀ ਸੂਬੇ ਦੇ ਵਿੱਚ ਕੋਈ ਰੁਤਬਾ ਤਾਂ ਹਾਸਲ ਨਹੀਂ ਕਰ ਸਕੀ ਪਰ ਸੁਖਪਾਲ ਸਿੰਘ ਖੈਰਾ ਆਪਣੇ ਪਦਰ ਤੇ ਆਪਣਾ ਜਿਹੜਾ ਹਰ ਮੁੱਦੇ ਦੇ ਉੱਤੇ ਸ਼ਮੂਲੀਅਤ ਦਰਜ ਜ਼ਰੂਰ ਕਰਵਾਉਂਦੇ ਰਹਿੰਦੇ ਨੇ ਤੇ ਲੋਕਾਂ ਦੇ ਵਿੱਚ ਉਹ ਚਿਤ ਰਹਿੰਦੇ ਨੇ ਸੋ ਪੰਜਾਬ ਦੇ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰ ਸਕਦੇ ਆਂ ਜਿਨ੍ਹਾਂ ਦਾ ਲੇਖਾ ਜੋਖਾ ਕਰ ਸਕਦੇ ਆਂ ਪਰ ਅਹਿਮ ਅਹਿਮ ਗੱਲਾਂ ਨੇ ਜਿਹੜੀਆਂ ਸਿਆਸਤ ਦੇ ਨਾਲ ਜੁੜੀਆਂ ਧਰਮ ਦੇ ਨਾਲ ਜੁੜੀਆਂ ਤੇ ਕਿਸਾਨਾਂ ਦੇ ਨਾਲ ਜੁੜੀਆਂ ਤੇ ਕਰੋਨਾ ਵਾਇਰਸ ਖਾਸ ਕਰਕੇ ਇਸ ਨਾਲ ਜੁੜੀਆਂ ਖਾਸ ਗੱਲਾਂ ਦੇ ਉੱਤੇ ਚਰਚਾ ਆਪਾਂ ਮੇਨ ਮੇਨ ਕਰ ਲਈ ਹੈ ਬਾਕੀ ਹੋਰ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਚੈਨਲ ਨੇ ਜਾਂ ਫਿਰ ਅਖਬਾਰ ਨੇ ਉਹਨਾਂ ਦੇ ਉੱਤੇ ਤੁਹਾਨੂੰ ਹੋਰ ਬਹੁਤ ਸਾਰੀ ਰਿਪੋਰਟਿੰਗ ਹੈ ਜਿਹੜੀ ਉਹ ਜ਼ਰੂਰ ਮਿਲ ਜਾਏਗੀ ਤੇ ਇੱਕ ਜਿਹੜਾ ਇਹ ਸਾਲ ਹੈ ਖਾਸ ਕਰਕੇ ਜ਼ਰੂਰ ਯਾਦ ਕੀਤਾ ਜਾਏਗਾ ਕਿ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਕਰੋਨਾ ਵਾਇਰਸ ਦੀ ਮਹਾਮਾਰੀ ਦੀ ਲਪੇਟ ਵਿੱਚ ਆ ਕੇ ਚਲੇ ਗਏ ਜਿਨ੍ਹਾਂ ਦੇ ਵਿੱਚ ਬਹੁਤ ਨਾਮੀ ਹਸਤੀਆਂ ਵੀ ਸਿੱਖ ਕੌਮ ਦੇ ਵਿੱਚੋਂ ਜਿਹੜੇ ਮਹਾਨ ਕੀਰਤਨੀਏ ਜਿਨ੍ਹਾਂ ਨੂੰ ਕਹਿ ਸਕਦੇ ਆ ਪਦਮਸ਼੍ਰੀ ਰਾਗੀ ਭਾਈ ਨਰਮਲ ਸਿੰਘ ਖਾਲਸਾ ਉਹਨਾਂ ਦੀ ਵੀ ਮੌਤ ਕਰੋਨਾ ਵਾਇਰਸ ਦੀ ਪੇਂਟ ਚੜ੍ਹ ਕੇ ਹੀ ਹੋ ਗਈ ਸੀ ਤੇ ਹੋਰ ਬਹੁਤ ਸਾਰੀਆਂ ਹਸਤੀਆਂ ਨੇ ਨਾਮੀ ਹਸਤੀਆਂ ਨੇ ਜਿਹੜੀਆਂ ਕੋਰੋਨਾ ਵਾਇਰਸ ਦੇ ਦੌਰ ਦੇ ਵਿੱਚ ਦੁਨੀਆ ਨੂੰ ਛੱਡ ਕੇ ਚਲੇ ਗਈਆਂ। ਸੋ ਪ੍ਰਾਈਮ ਟਾਈਮ ਦੇ ਇਸ ਖਾਸ ਐਪੀਸੋਡ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਅਸੀਂ ਜ਼ਰੂਰ ਤੁਹਾਨੂੰ ਨਵੇਂ ਸਾਲ ਦੀ ਮੁਬਾਰਕਬਾਦ ਦੇਾਂਗੇ ਤੇ ਆਸ ਕਰਾਂਗੇ ਕਿ ਨਵਾਂ ਸਾਲ ਤੁਹਾਡੇ ਸਭ ਦੇ ਤਨ ਦੇ ਤੇ ਮਨ ਦੇ ਲਈ ਤੰਦਰੁਸਤ ਹੋ ਨਿਬੜੇ। ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਕਿਸੇ ਦਾ ਵੀ ਬੁਰਾ ਨਾ ਸੋਚੋ ਨਾ ਕਰੋ ਤੇ ਚੜ੍ਹਦੀ ਕਲਾ ਦੇ ਵਿੱਚ ਮਨੁੱਖਤਾ ਦੀ ਭਲਾਈ ਲਈ ਕੰਮ ਜ਼ਰੂਰ ਕਰਦੇ ਰਹੋ। ਸਾਰੇ ਆਪਣਾ ਆਪਣਾ ਧਿਆਨ ਜ਼ਰੂਰ ਰੱਖਿਓ। ਧੰਨਵਾਦ।